ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਦਰਸ਼ਕੋ, ਫਤਿਹ ਜੀ। ਹਾਂਜੀ, ਗਿਆਨੀ ਬਲਜਿੰਦਰ ਸਿੰਘ ਜੀ ਆਵਾਜ਼ ਕੌਮ ਟੀਵੀ ਦਾ ਜੀ ਆ ਕਹਿੰਦੇ ਆ। ਠੀਕ ਹੈ ਜੀ, 7 ਵਜਨ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ, ਹਾਂਜੀ ਭਾਈ ਰਘਵੀਰ ਸਿੰਘ ਜੀ ਆਪ ਜੀ ਆਵਾਜ਼ ਕੌਮ ਟੀਵੀ ਤੇ, ਜੋ ਸਾਰੀਆਂ ਸੰਗਤਾਂ ਸੁਣ ਰਹੀਆਂ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਜੀ, ਅੱਜ ਆਪਾਂ ਇੱਕ ਅਹਿਮ ਮੁੱਦੇ ਤੇ ਗੱਲ ਕਰਾਂਗੇ, ਕਿਉਂਕਿ ਅੱਜ ਦੁਨੀਆਂ ਦੇ ਵਿੱਚ ਇਹ ਗੱਲ ਬਹੁਤ ਹੋਈ ਹੋਈ ਆ ਕਿ ਜਿਹੜੇ ਸਿੱਖ ਪ੍ਰਚਾਰਕ ਆ ਜੀ ਇਹੀ ਨੀ ਇਕੱਠੇ, ਤੇ ਹੋਰ ਮਤਲਬ ਆਪਾਂ ਲੋਕਾਂ ਨੂੰ ਕਿਵੇਂ ਇਕੱਠੇ ਕਰਾਂਗੇ। ਜੀ ਮੇਰਾ ਪਹਿਲਾ ਸਵਾਲ ਇਹ ਆ ਕਿ ਪ੍ਰਚਾਰਕ ਕਿਹੋ ਜਿਹਾ ਹੋਣਾ ਚਾਹੀਦਾ ਕੌਮ ਦਾ? ਭਾਈ ਰਘਵੀਰ ਸਿੰਘ ਜੀ, ਬੇਨਤੀ ਆ ਕਿ ਪ੍ਰਚਾਰ ਦਾ ਜੋ ਵੀ ਸਿਸਟਮ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਚਲਾਇਆ, ਉਹਦੇ ਅਧੀਨ ਹੀ ਗੁਰੂ ਕਾ ਸਿੱਖ ਜਿਹੜਾ ਉਹ ਪ੍ਰਚਾਰ ਕਰ ਸਕਦਾ ਸੀ। ਪ੍ਰਚਾਰ ਦੀ ਪ੍ਰਥਾ ਮਹਾਰਾਜ ਜੀ ਨੇ ਤੋਰੀ, ਤਾਂ ਜੇ ਆਪਾਂ ਇਹਨੂੰ ਥੋੜ੍ਹਾ ਪਿਛੋਕੜ 'ਚ ਵੇਖੀਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਵਾਸਤੇ ਗੁਰੂ ਕੇ ਸਿੱਖਾਂ ਨੂੰ ਭੇਜਿਆ, ਭਾਈ ਮਨਸੁਖ ਸ਼ਾਹੂਕਾਰ ਜੀ ਸੰਗਲਾ ਦੀਪ ਗਏ, ਇਤਿਹਾਦਕ ਹੋਰ ਬਹੁਤਾਤ ਨਾਮ ਹਨ ਗੁਰੂ ਕੇ ਸਿੱਖਾਂ ਦੇ, ਭਾਈ ਗੁਰਦਾਸ ਸਾਹਿਬ ਜੀ ਅੱਗੇ ਤੋਂ ਅੱਗੇ, ਜਾਂ ਜਿਵੇਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭੇਜੇ, ਮੰਡੀ ਸਕੇਤ ਵਿਖੇ ਪ੍ਰਚਾਰਕ ਭੇਜੇ, ਉੱਥੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ, ਇਸੇ ਪ੍ਰਕਾਰ 'ਚ ਉੱਥੇ ਪਾਤਸ਼ਾਹ ਨੇ ਮਸੰਦ ਪ੍ਰਥਾ ਤੋੜ ਦਿੱਤੀ, ਉਹਨਾਂ ਨੇ ਪ੍ਰਚਾਰ ਕੀਤਾ, ਅੱਗੇ ਸਿੱਖ ਪ੍ਰਚਾਰ ਕਰਦੇ ਰਹੇ। ਤਾਂ ਪ੍ਰਚਾਰ ਵਿੱਚ ਉਹਨਾਂ ਦਾ ਮਕਸਦ ਸੀ ਕਿ ਜੋ ਸੰਸਾਰ ਦੀ ਲੁਕਾਈ ਆ ਉਹ ਪਰਮੇਸ਼ਰ ਨਾਲ ਜੁੜ ਸਕੇ, ਗੁਰੂ ਸਾਹਿਬ ਜੀ ਨਾਲ ਜੁੜ ਸਕਣ, ਪਖੰਡ ਅਤੇ ਇਤਿਹਾਦਕ ਹੋਰ ਜੋ ਹਿੰਦੁਸਤਾਨ ਵਿੱਚ ਚੱਲ ਰਿਹਾ ਸੀ ਉਸ ਤੋਂ ਲੋਕਾਂ ਦਾ ਛੁਟਕਾਰਾ ਹੋ ਜਾਵੇ ਅਤੇ ਸਿੱਧਾ ਪਰਮੇਸ਼ਰ ਨਾਲ ਨਾਤਾ ਜੁੜ ਜਾਵੇ, ਇਹ ਪ੍ਰਚਾਰ ਦਾ ਸਾਧਨ ਸੀ ਅਤੇ ਪ੍ਰਚਾਰ ਦਾ ਮਕਸਦ ਸੀ। ਇਸੇ ਤਰ੍ਹਾਂ ਅੱਗੇ ਅੱਗੇ ਫਿਰ ਚੱਲਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਿੱਖਾਂ ਕੋਲ ਜ਼ਿੰਮੇਵਾਰੀ ਆ ਗਈ ਪ੍ਰਚਾਰ ਦੀ, ਸਿੱਖਾਂ ਨੇ ਪ੍ਰਚਾਰ ਸ਼ੁਰੂ ਕੀਤਾ। ਜੇ ਮਸੰਦਾਂ ਵਿੱਚ ਕੁਝ ਗਿਰਾਵਟ ਆਈ ਤਾਂ ਮਹਾਰਾਜ ਸਾਹਿਬ ਜੀ ਨੇ ਉਹਨਾਂ ਦਾ ਜਿਹੜਾ ਗੁਰੂ ਘਰ ਨਾਲੋਂ ਨਾਤਾ ਖਤਮ ਕਰ ਦਿੱਤਾ, ਅੱਗੇ ਪ੍ਰਚਾਰ ਅਤੇ ਪ੍ਰਸਾਰ ਸਿੱਖਾਂ ਦੇ ਹੱਥ ਵਿੱਚ ਆ ਗਿਆ ਜੀ। ਅਤੇ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਿੱਖਾਂ ਨੇ ਪ੍ਰਚਾਰ ਕੀਤਾ, ਪ੍ਰਚਾਰ ਕਰ ਰਹੇ, ਪਰ ਹੁਣ ਦੇ ਅੱਜ ਦੇ ਯੁੱਗ ਵਿੱਚ ਜੋ ਗੁਰੂ ਸਾਹਿਬ ਜੀ ਨੇ ਚਲਾਇਆ ਉਸ ਨੂੰ ਛੱਡ ਕਰਕੇ ਪ੍ਰਚਾਰ ਕਰਨ ਵਾਲੇ ਲੋਕ ਪ੍ਰਚਾਰ ਕਰਨ ਲੱਗ ਪਏ। ਇਸ ਕਰਕੇ ਪ੍ਰਚਾਰ ਜਿਹੜਾ ਪ੍ਰਚਾਰਕ ਦ੍ਰਿਸ਼ਟੀਕੋਣ ਤੋਂ ਜਦੋਂ ਦੇਖੀਏ ਤਾਂ ਫਿਰ ਪ੍ਰਚਾਰ ਵਿੱਚ ਗਿਰਾਵਟ ਆ ਗਈ। ਇਉਂ ਪ੍ਰਚਾਰ ਦੇ ਦੋ ਪਾਰਟ ਬਣ ਗਏ ਅਤੇ ਇਸ ਪ੍ਰਕਾਰ ਇਹ ਸਾਰਾ ਜੋ ਚੱਲ ਰਿਹਾ ਹੈ ਅੱਜ ਦੇ ਸਮੇਂ ਵਿੱਚ ਜੇ ਆਪਾਂ ਵੇਖਦੇ ਹਾਂ ਤਾਂ ਪ੍ਰਚਾਰ ਕਰਨ ਦਾ ਮਕਸਦ ਤਾਂ ਸਿਰਫ ਪਹਿਲਾਂ ਤਾਂ ਇਹ ਆ ਵੀ ਆਪਾਂ ਪਹਿਲਾਂ ਮਕਸਦ ਵੇਖ ਲਈਏ, ਪ੍ਰਚਾਰ ਕਰਨ ਦਾ ਮਕਸਦ ਕੀ ਸੀ? ਪ੍ਰਚਾਰ ਕਰਨ ਦਾ ਕੇਵਲ ਮਕਸਦ ਸੀ ਕਿ ਗੁਰੂ ਕੇ ਸਿੱਖ ਉਸ ਚੀਜ਼ ਦਾ ਪ੍ਰਚਾਰ ਕਰਨ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਅਤੇ ਦਿੱਤੀ, ਗੁਰੂ ਸਾਹਿਬ ਜੀ ਦੀ ਬਾਣੀ, ਇਤਿਹਾਸ ਗੁਰੂ ਸਾਹਿਬ ਜੀ ਦਾ, ਇਹਦੇ ਲਈ ਪ੍ਰਚਾਰ ਜਿਹੜਾ ਉਹ ਕਰਨਾ ਅਤਿਅੰਤ ਜ਼ਰੂਰੀ ਆ। ਪਰ ਅੱਜ ਆਪਣੇ ਮੂਲ ਨੂੰ ਛੱਡ ਕਰਕੇ ਲੋਕ ਪ੍ਰਚਾਰ ਦੇ ਵਿੱਚ ਬਹੁਤ ਕੁਝ ਵੱਧ ਘੱਟ ਜਿਹੜਾ ਉਹ ਕਰਨ ਲੱਗ ਪਏ ਜੀ। ਗਿਆਨੀ ਜੀ, ਜਿੱਦਾਂ ਤੁਸੀਂ ਗੱਲਬਾਤ ਕੀਤੀ ਆ, ਗੁਰੂ ਕਾਲ ਦੀ ਗੱਲ ਕੀਤੀ ਆ, ਉਦੋਂ ਬਾਅਦ ਜੇ ਆਪਾਂ ਜਿਹੜੇ ਸਿੱਖ ਯੋਧੇ ਸੂਰਮੇ ਹੋਏ ਉਹਨਾਂ ਦੀ ਗੱਲ ਕੀਤੀ ਆ, ਤੇ ਅੱਜ ਦੇ ਗੱਲ ਤੇ ਆ ਕੇ ਤੁਸੀਂ ਇਹ ਗੱਲ ਕੀਤੀ ਆ ਕਿ ਪ੍ਰਚਾਰ ਦੇ ਦੋ ਵੱਖਰੇ ਪੜਾਅ ਹੋ ਗਏ ਆ, ਉਹ ਪੜਾਅ ਕਿਹਨੂੰ ਤੁਸੀਂ ਗਿਣਦੇ ਹੋ, ਕੌਣ ਕਿਹੜੀਆਂ ਦੋ ਤਰ੍ਹਾਂ ਹੋ ਗਈਆਂ? ਇੱਕ ਤਾਂ ਇਹ ਆ ਜੀ ਕਿ ਪ੍ਰਚਾਰ ਵਿੱਚ ਜਦੋਂ
ਮੁੱਢ ਤੋਂ ਇਹ ਗੱਲ ਚੱਲੀ ਆਉਂਦੀ ਸੀ ਕਿ ਗੁਰੂ ਕਾ ਸਿੱਖ ਪ੍ਰਚਾਰ ਕਰਨ ਵਾਲਾ ਉਹਦਾ ਜੀਵਨ ਕਿਹੋ ਜਿਹਾ ਹੋਵੇ, ਹਾਂਜੀ ਉਹਦੀ ਘਾਟ ਕਿਵੇਂ ਘੜੀ ਜਾਵੇ, ਪ੍ਰਚਾਰ ਕਰਨ ਵਾਲੇ ਕੋਲ ਕੀ ਗੁਣ ਹੋਣੇ ਚਾਹੀਦੇ ਆ, ਪ੍ਰਚਾਰ ਦੇ ਮੁੱਖ ਅੰਗ ਕੀ ਆ। ਕਿ ਸਭ ਤੋਂ ਪਹਿਲਾਂ ਗੁਰੂ ਕਾ ਸਿੱਖ ਪੂਰਨ ਤੌਰ ਤੇ ਗੁਰਸਿੱਖੀ ਉੱਤੇ ਗੁਰੂ ਸਾਹਿਬ ਜੀ ਤੇ ਭਰੋਸਾ ਕਰਦਾ ਹੋਵੇ, ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਜਿਵੇਂ ਕਿ ਸਭ ਤੋਂ ਪਹਿਲਾਂ ਕਿ ਗੁਰੂ ਕਾ ਸਿੱਖ ਅਖਵਾਉਣ ਦਾ ਕੌਣ ਹੱਕਦਾਰ ਆ, ਜਿਹਨੂੰ ਮਹਾਰਾਜ ਜੀ ਨੇ ਆਖਿਆ ਕਿ ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਸ਼ਕੈ, ਸੋਈ ਸਿੰਘ ਪ੍ਰਧਾਨ ਅਵਲ ਨਾ ਪਾਹੁਲ ਜੋ ਲਏ। ਇੱਕ ਤੇ ਸਭ ਤੋਂ ਪਹਿਲਾਂ ਇਹ ਆ ਗਿਆ ਕਿ ਗੁਰੂ ਕਾ ਸਿੱਖ ਪ੍ਰਚਾਰ ਕਰਨ ਵਾਲਾ ਪਹਿਲਾਂ ਗੁਰੂ ਕਾ ਸਿੱਖ ਹੋਵੇ, ਉਹ ਪੰਜਾਂ ਬਾਣੀਆਂ ਦਾ, ਸ਼ਾਮ ਦੀਆਂ ਦੋ ਬਾਣੀਆਂ ਦਾ ਨਿਤਨੇਮੀ ਹੋਵੇ, ਜਿਹਦੇ ਲਈ ਗੁਰੂ ਸਾਹਿਬ ਜੀ ਦੀ ਹਦਾਇਤ ਆ ਕਿ ਗੁਰੂ ਕਾ ਸਿੱਖ ਇਹਨਾਂ ਗੱਲਾਂ ਨੂੰ ਪੂਰਾ ਕਰਦਾ ਹੋਵੇ। ਫਿਰ ਅੱਗੇ ਗੁਰੂ ਕਾ ਸਿੱਖ ਕੋਲ ਵਿੱਦਿਆ, ਸੰਸਾਰੀ ਵਿੱਦਿਆ ਦਾ ਹੋਣਾ ਜਿੱਥੇ ਜ਼ਰੂਰੀ ਆ, ਉੱਥੇ ਅਧਿਆਤਮਕ ਪੱਖ ਦੀ ਬ੍ਰਹਮ ਵਿੱਦਿਆ ਹੋਣੀ ਬਹੁਤ ਜ਼ਰੂਰੀ, ਜਿਹਦੇ ਤੋਂ ਹੁਣ ਦਾ ਸਮਾਂ ਜੋ ਆ ਉਹ ਜਿਹੜੇ ਪ੍ਰਚਾਰਕ ਲੋਕ ਉਹ ਦੂਰ ਜਾ ਚੁੱਕੇ। ਇਹਨਾਂ ਦੋਵਾਂ ਗੱਲਾਂ 'ਤੇ ਕਿੰਤੂ ਹੋਣ ਲੱਗ ਪਿਆ ਕਿ ਇੱਕ ਤਾਂ ਖੰਡੇ ਬਾਟੇ ਦੀ ਪਾਹੁਲ 'ਤੇ ਹੀ ਸ਼ੱਕ ਉਹ ਲੋਕ ਕਰਨ ਲੱਗ ਪਿਆ ਜਿਹੜੇ ਪ੍ਰਚਾਰ ਕਰਦੇ ਆ, ਅਤੇ ਦੂਸਰਾ ਜੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਗੁਰਬਾਣੀ ਦੁਆਰਾ, ਗੁਰਬਾਣੀ ਉੱਤੇ ਸ਼ੰਕਾ ਲੋਕ ਕਰਨ ਲੱਗ ਪਏ ਕਿ ਇਹੋ ਨਹੀਂ ਹੋ ਸਕਦਾ, ਆਹ ਨਹੀਂ ਹੋ ਸਕਦਾ, ਬਹੁਤ ਗੱਲਾਂ ਵੱਧ ਘੱਟ ਕਰਨ ਲੱਗ ਪਏ ਜੀ। ਇਸ ਕਰਕੇ ਇਹ ਪ੍ਰਚਾਰ ਕਰਨ ਵਾਲੇ ਪਹਿਲਾਂ ਤਾਂ ਜਿਹੜੇ ਲੋਕ ਸੀ ਉਹਨਾਂ ਦੀ ਜਿਹੜੀ ਸੀ ਕੀ ਉਹਨਾਂ ਦੀ ਕੁਆਲੀਫਿਕੇਸ਼ਨ, ਕੀ ਉਹਨਾਂ ਦੀ ਰਹਿਤ ਬਹਿਤ, ਕਿਵੇਂ ਉਹਨਾਂ ਦਾ ਜੀਵਨ, ਉਹ ਬਹੁਤ ਜ਼ਰੂਰੀ ਸੀ। ਜੇ ਆਪਾਂ ਗੁਰਬਾਣੀ ਤੋਂ ਹੀ ਭਾਵ ਕੇ ਸੇਧ ਲੈ ਕੇ ਚੱਲੀਏ ਤਾਂ ਆਪਾਂ ਇੱਕ ਬਚਨ ਸੁਖਨੀ ਸਾਹਿਬ ਵਿੱਚੋਂ ਭਾਈ ਸਾਹਿਬ ਜੀ ਪੜ੍ਹਦੇ ਹਾਂ ਕਿ ਗੁਰੂ ਕਾ ਸਿੱਖ ਪ੍ਰਚਾਰ ਕਰਨ ਵਾਲਾ ਕਿਵੇਂ ਦਾ ਹੋਵੇ। ਮਹਾਰਾਜ ਜੀ ਦੇ ਇੱਕ ਬਚਨ ਪੜ੍ਹਦੇ, ਸ਼ਾਇਦ ਆਪਾਂ ਸਾਰਿਆਂ ਨੂੰ ਇਹ ਪੰਕਤੀਆਂ ਚੇਤੇ ਹੋਣਗੀਆਂ ਕਿ ਰਹਿਤ ਅਵਰ ਕਾ ਸ਼ਵਰ ਕਮਾਵਤ, ਮਨ ਨਹੀਂ ਪ੍ਰੀਤ, ਮੁਖੋਂ ਗੜ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਉਪਦੇਸ਼ ਕਰਨ ਵਾਲਾ, ਉਪਦੇਸ਼ ਕਰਨ ਵਾਲਾ ਮਹਾਰਾਜ ਜੀ ਕਹਿੰਦੇ ਅਵਰ ਉਪਦੇਸ਼ ਹੈ, ਹੋਰਨਾਂ ਨੂੰ ਉਪਦੇਸ਼ ਕਰੇ ਪ੍ਰਚਾਰ ਕਰਨ ਵਾਲਾ, ਪਰ ਉਹਦੀ ਆਪਦੀ ਰਹਿਤ ਚੰਗੀ ਨਾ ਹੋਵੇ। ਅਵਰ ਉਪਦੇਸ਼ ਹੈ, ਆਪ ਨਾ ਕਰੈ, ਫਿਰ ਉਹਦੇ ਨਾਲ ਹੋਵੇਗਾ ਕਿ ਆਵਤ ਜਾਵਤ ਜਨਮ ਹਮਰੈ। ਅੱਜ ਦੇ ਲੋਕ ਜੋ ਕਹਿੰਦੇ ਆ ਵੀ ਨਾਮ ਨਹੀਂ ਜਪਣਾ, ਬਾਣੀ ਨਹੀਂ ਪੜ੍ਹਨੀ, ਰਹਿਤ ਨਹੀਂ ਰੱਖਣੀ, ਤਾਂ ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਕਿ ਜਿਹੜੇ ਲੋਕ ਫਿਰ ਇਹ ਨਹੀਂ ਕਮਾਈ ਕਰਨ ਵਾਲੇ ਉਹਨਾਂ ਦੀ ਹਾਲਤ ਕੀ ਆ ਕਿ ਅਵਰ ਉਪਦੇਸ਼ ਹੈ, ਆਪ ਨਾ ਕਰੈ, ਆਵਤ ਜਾਵਤ ਜਨਮ ਹਮਰੈ। ਪਰ ਜਿਹਨਾਂ ਦੇ ਹਿਰਦੇ ਵਿੱਚ ਪ੍ਰਚਾਰ ਕਰਨ ਵਾਲਿਆਂ ਦੇ ਰੱਬ ਵਸ ਜਾਊਗਾ, ਜਿਸ ਕੈ ਅੰਤਰ ਵਸੈ ਨਿਰੰਕਾਰ, ਜਿਹਦੇ ਹਿਰਦੇ ਵਿੱਚ ਰੱਬ ਵਸਿਆ ਹੋਊਗਾ, ਤਿਸ ਕੀ ਸੀਖ ਤਰੈ ਸੰਸਾਰ, ਉਹਨਾਂ ਤੋਂ ਸੰਸਾਰ ਤਰ ਸਕਦਾ ਜਿਹਨਾਂ ਦੇ ਆਪ ਦੇ ਹਿਰਦੇ ਵਿੱਚ ਰੱਬ ਪਰਮੇਸ਼ਰ ਦਾ ਨਾਮ, ਵਾਹਿਗੁਰੂ ਮੰਤਰ ਦਾ ਅਭਿਆਸ, ਗੁਰਬਾਣੀ ਦਾ ਅਭਿਆਸ, ਗੁਰਬਾਣੀ ਅਨੁਸਾਰ ਚੱਲਣਾ, ਫਿਰ ਅਸਲ ਵਿੱਚ ਪ੍ਰਚਾਰ ਕਰਨ ਵਾਲੇ ਜਿਹੜੇ ਆ ਉਹ ਕਾਰਗਰ ਸਾਬਤ ਹੋ ਸਕਣਗੇ। ਇਹ ਗੱਲਾਂ ਤੋਂ ਪ੍ਰਚਾਰਕ ਲੋਕ ਦੂਰ ਹੋ ਗਏ ਅੱਜ। ਗਿਆਨੀ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਦੁਨਿਆਵੀ ਵਿਦਿਆ ਤੇ ਅਧਿਆਤਮਕ ਵਿਦਿਆ ਦੇ ਵਿੱਚ ਅੰਤਰ ਆ ਜੀ, ਇੱਕ ਜਿੱਦਾਂ ਆਪਾਂ ਇਹ ਸੁਣਦੇ ਆ ਜਾਂ ਪੜ੍ਹਦੇ ਆ ਬਈ ਜਿਹੜੀਆਂ ਗੁਰੂ ਮਹਾਰਾਜ ਨੇ ਸਿੱਖ ਸੰਪਰਦਾਵਾਂ ਚਲਾਈਆਂ, ਜਿਹੜੇ ਤੋਂ ਉੱਥੋਂ ਵਿਦਿਆ ਲੈਂਦੇ ਆ ਜਾਂ ਉੱਥੋਂ ਪੜ੍ਹਾਈ ਕਰਦੇ ਆ, ਉਹ ਗੱਲ ਜਿੱਦਾਂ ਆਪਣੇ ਤਰੀਕੇ ਨਾਲ ਕਰਦੇ ਆ, ਜਿਹਨਾਂ ਨੇ ਦੁਨਿਆਵੀ ਵਿਦਿਆ ਪ੍ਰਾਪਤ ਕੀਤੀ ਆ ਉਹ ਕਹਿੰਦੇ ਵੀ ਸਾਨੂੰ ਜਿਹੜਾ ਜਿੱਦਾਂ ਆਪਾਂ ਕਿਤਾਬਾਂ ਚੋਂ ਗਿਆਨ ਲੈਂਦੇ ਹਾਂ ਏਦਾਂ ਹੀ ਸਿਰਫ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਲੈਣ ਦੀ ਲੋੜ ਆ, ਹੋਰ ਸਾਨੂੰ ਕਿਸੇ ਗਿਆਨ ਦੀ ਲੋੜ ਨਹੀਂ, ਫਰਕ ਕੀ ਆ? ਫਰਕ ਇਹ ਆ ਜੀ, ਦੇਖੋ ਗਿਆਨ ਦੀ ਗੱਲ ਜਦੋਂ ਕਰਦੇ ਹਾਂ, ਗਿਆਨ ਤਾਂ ਸੰਸਾਰ ਦੇ ਉੱਤੇ ਬਹੁਤ ਸਾਰਾ,
ਹਾਂ ਜੀ ਗਿਆਨ ਹੋਰ ਧਾਰਮਿਕ ਪੁਸਤਕਾਂ ਚੋਂ ਵੀ ਲੱਭ ਜਾਊਗਾ। ਗਿਆਨ ਜਿਹੜਾ ਆ ਦੁਨਿਆਵੀ ਗਿਆਨ ਜੇ ਆਪਣਾ ਲੱਭਣਾ ਤੇ ਆਪਾਂ ਕੋਲ ਬਹੁਤ ਸਾਰੀਆਂ ਲਾਇਬ੍ਰੇਰੀਆਂ ਭਰੀਆਂ ਪਈਆਂ, ਬਹੁਤ ਲੋਕਾਂ ਕੋਲ ਗਿਆਨ ਹੈਗਾ। ਹਾਂਜੀ ਜੇ ਬਹੁਤ ਲੋਕਾਂ ਕੋਲ ਗਿਆਨ ਹੈਗਾ ਤੇ ਕੀ ਉਹਨਾਂ ਕੋਲ ਇਹ ਗਿਆਨ ਹੈਗਾ ਕਿ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਦੀ ਕੀ ਹੋਂਦ ਆ, ਕਿਵੇਂ ਦਾ ਸਾਰਾ ਵਰਤਾਰਾ ਵਰਤ ਰਿਹਾ, ਕਿਵੇਂ ਪਰਮੇਸ਼ਰ ਜੀ ਨੇ ਕਿਰਪਾ ਕੀਤੀ। ਲੋਕ ਤੇ ਵੱਖ ਵੱਖ ਰਾਵਾਂ ਦੱਸਦੇ ਆ, ਪਰ ਆਪਾਂ ਤਾਂ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਆਪਾਂ ਨੂੰ ਬਿਲਕੁਲ ਪੂਰਨ ਤੌਰ ਤੇ ਭਰੋਸਾ ਹੋ ਜਾਂਦਾ ਕਿ ਕਿਵੇਂ ਪਰਮੇਸ਼ਰ ਨੇ ਸਾਰੀ ਇਹ ਬਣਤ ਬਣਾਈ। ਇਹ ਜਿਹੜਾ ਦੁਨਿਆਵੀ ਗਿਆਨ ਆ ਜੀ, ਉਹ ਦੁਨਿਆਵੀ ਗਿਆਨ ਲੋਕ ਪੜ੍ਹ ਕੇ ਕਹਿੰਦੇ ਆ ਵੀ ਅਸੀਂ ਸ਼ਾਇਦ ਪਰਮੇਸ਼ਰ ਕੋਲ ਪੁੱਜ ਜਾਵਾਂਗੇ। ਉਹਨਾਂ ਨੂੰ ਇੱਕ ਲੋਕਾਂ ਨੂੰ ਸਵਾਲ ਆ ਕਿ ਜੇ ਦੁਨਿਆਵੀ ਗਿਆਨ ਨਾਲ ਉੱਥੇ ਪੁੱਜਿਆ ਜਾ ਸਕਦਾ ਹੁੰਦਾ ਤਾਂ ਫਿਰ ਅੱਜ ਤੱਕ ਕਿਹਦੇ ਕੋਲ ਐਸਾ ਦੁਨਿਆਵੀ ਗਿਆਨ ਹੈਗਾ ਜਿਹੜਾ ਦੱਸ ਸਕਦਾ ਕਿ ਜੋ ਜਪਜੀ ਸਾਹਿਬ ਵਿੱਚ ਲਿਖਿਆ ਆ ਕਿ ਪੰਜ ਖੰਡ ਲਿਖੇ ਆ, ਪੰਜਵਾਂ ਖੰਡ ਸੱਚਖੰਡ ਲਿਖਿਆ, ਉਹ ਦੁਨਿਆਵੀ ਗਿਆਨ ਨਾਲ ਆਪਾਂ ਉੱਥੇ ਕਿੱਦਾਂ ਪਹੁੰਚ ਸਕਦੇ? ਇਹ ਤੇ ਅਧਿਆਤਮਕ ਫਰਕ ਫਰਕ ਇਸੇ ਗੱਲ ਦਾ ਹੈ ਜੀ ਕਿ ਅਧਿਆਤਮਕ ਵਿੱਦਿਆ, ਅਧਿਆਤਮਕ ਪੱਖ, ਗੁਰਬਾਣੀ ਦਾ ਪੱਖ ਇਹ ਇੱਕ ਵੱਖਰੀ ਗੱਲ ਆ, ਸੰਸਾਰੀ ਗਿਆਨ ਇੱਕ ਵੱਖਰੀ ਗੱਲ ਆ। ਠੀਕ ਆ, ਹਾਂਜੀ। ਤੇ ਜਿੱਦਾਂ ਆਪਾਂ ਹੁਣ ਇਹ ਵੀ ਇੱਥੇ ਵੀ ਆ ਜਾਏਗੀ ਵੀ ਜਿੱਦਾਂ ਪ੍ਰਚਾਰ ਦੀ ਗੱਲ ਆਪਾਂ, ਕਿਉਂਕਿ ਅੱਜ ਆਪਾਂ ਪ੍ਰਚਾਰ ਦੇ ਵਿਸ਼ੇ ਤੇ ਗੱਲ ਕਰ ਰਹੇ ਹਾਂ ਜੀ, ਦੁਨੀਆਂ ਦੇ ਵਿੱਚ ਗੁਰੂ ਕਾਲ ਤੋਂ ਲੈ ਕੇ ਜਾਂ ਅੱਜ ਦੇ ਜਿਹੜੇ ਸਾਧਨ ਦੇਖੀਏ ਇੰਨੇ ਜ਼ਿਆਦਾ ਵੱਧ ਗਏ ਆ ਕਿ ਪ੍ਰਚਾਰ ਅੱਗੇ ਨੂੰ ਬਹੁਤ ਜ਼ਿਆਦਾ ਹੋ ਰਿਹਾ ਆ। ਜੀ ਮੀਡੀਆ, ਇਲੈਕਟ੍ਰੋਨਿਕ ਮੀਡੀਆ ਲੈ ਲਈਏ, ਕਿਤਾਬਾਂ ਲੈ ਲਈਏ ਜਾਂ ਕਿਸੇ ਵੀ ਪਾਸੇ ਲੈ ਲਈਏ, ਇੱਕ ਹਨੇਰੀ ਆ ਗਿਆ ਪ੍ਰਚਾਰ ਹੋ ਰਿਹਾ ਪਰ ਅਸਰ ਨਹੀਂ ਹੋ ਰਿਹਾ। ਅਸਰ ਇਸੇ ਕਰਕੇ ਨਹੀਂ ਹੋ ਰਿਹਾ ਜੀ, ਸਾਡਾ ਆਪ ਦਾ ਜੀਵਨ ਜਾਂ ਚੰਗੀ ਨਹੀਂ ਰਹੀ, ਸਾਨੂੰ ਆਪ ਨੂੰ ਗੁਰੂ ਸਾਹਿਬ ਤੇ ਭਰੋਸਾ ਨਹੀਂ ਰਿਹਾ ਹਰ ਗੱਲ ਤੇ। ਹਰ ਸਿੱਖ ਦੇ ਅੰਦਰ ਕਿੰਤੂ ਪਰੰਤੂ ਆ ਗਿਆ, ਖਾਸ ਕਰ ਜਿਹੜੇ ਸਿੱਖ ਆ, ਆਮ ਜਿਹੜੇ ਆ, ਕਿਰਤੀ ਸਿੱਖ ਆ, ਧਰਮ ਦੀ ਕਿਰਤ ਕਰਨ ਵਾਲੇ ਆ, ਆਪਣੇ ਘਰਾਂ ਵਿੱਚ ਰਹਿੰਦੇ ਆ, ਪ੍ਰਚਾਰ ਨਹੀਂ ਕਰਦੇ, ਸੁਣਦੇ ਆ, ਉਹਨਾਂ ਦਾ ਤਾਂ ਭਰੋਸਾ ਗੁਰੂ ਸਾਹਿਬ ਜੀ ਤੇ ਪੂਰਨ ਤੌਰ ਤੇ ਹੈਗਾ, ਪਰ ਜਿਹੜੇ ਪ੍ਰਚਾਰ ਕਰਨ ਵਾਲੇ ਲੋਕ ਆ ਉਹਨਾਂ ਦਾ ਗੁਰੂ ਸਾਹਿਬ ਜੀ ਤੇ ਭਰੋਸਾ ਨਹੀਂ ਰਿਹਾ। ਠੀਕ ਹੈ, ਠੀਕ ਹੈ ਜੀ। ਜਦੋਂ ਤੱਕ ਭਰੋਸਾ, ਜਦੋਂ ਤੱਕ ਭਰੋਸਾ ਨਾ ਰਹੇ, ਇੱਕ ਮੈਂ ਬੇਨਤੀ ਕਰਦਾ ਜਾਵਾਂ ਜੀ, ਜਦੋਂ ਤੱਕ ਭਰੋਸਾ ਨਾ ਰਹੇ ਉਦੋਂ ਤੱਕ ਕੀ ਹੋ ਸਕਦਾ? ਚੌਥੇ ਪਾਤਸ਼ਾਹ ਜੀ ਦੇ ਇੱਕ ਬਚਨ ਆਪਾਂ ਪੜ੍ਹਦੇ ਹਾਂ ਕਿ ਸਿੱਖ ਨੂੰ ਕੀ ਕਰਨਾ ਚਾਹੀਦਾ। ਠੀਕ, ਜਿਹੜਾ ਸਿੱਖ ਆ, ਸਿੱਖ ਅਸਲ ਵਿੱਚ ਅਖਵਾਉਣ ਦਾ ਹੱਕਦਾਰ ਕੌਣ ਆ? ਤਾਂ ਚੌਥੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤਾ ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵ ਹੈ ਆਪਣ ਪਾਲੀ। ਪਰ ਮਹਾਰਾਜ ਜੀ ਨੇ ਇੱਕ ਹਦਾਇਤ ਕੀਤੀ ਸਾਨੂੰ ਕਿ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਜੀ ਨੇ ਕਿਹਾ ਜੋ ਗੁਰੂ ਨੇ ਕਿਹਾ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਤੇ ਹੁਣ ਵਾਲਾ ਜਿਹੜਾ ਪ੍ਰਚਾਰਕ ਸ਼੍ਰੇਣੀ ਆ, ਪ੍ਰਚਾਰਕ ਸ਼੍ਰੇਣੀ ਹੁਣ ਵਾਲੀ ਜਿਹੜੀ, ਉਹ ਕਹਿੰਦੇ ਨਹੀਂ ਜੀ, ਕੇਵਲ ਗਿਆਨ ਹੋ ਸਕਦਾ ਗੁਰੂ, ਗੁਰੂ ਭਾਵ ਕੇ ਜੇ ਗਿਆਨ ਆ ਤਾਂ ਫਿਰ ਆਪਾਂ ਗੁਰੂ ਨੂੰ ਸਮਰੱਥ ਕਿਵੇਂ ਮੰਨਾਂਗੇ? ਗਿਆਨ ਤਾਂ ਇੱਕ ਗੱਲ ਹੋਈ, ਹਾਂਜੀ, ਗਿਆਨ ਤੇ ਇੱਕ ਗੱਲ ਹੋਈ, ਆਪਾਂ ਕਹਿੰਦੇ ਸਰਬ ਕਲਾ ਸਮਰੱਥ ਆ ਗੁਰੂ। ਫਿਰ ਸਿੱਖ ਨੂੰ ਮੁਕਤੀ ਵੀ ਚਾਹੀਦੀ ਆ, ਸੰਸਾਰ ਦੇ ਪਦਾਰਥ ਵੀ ਚਾਹੀਦੇ ਆ, ਹੋਰ ਸਿੱਖ ਦੀ ਅਧਿਆਤਮਕ ਜ਼ਿੰਦਗੀ ਵੀ ਚੰਗੀ ਚੱਲਣੀ ਚਾਹੀਦੀ ਆ। ਸਿੱਖ ਕਿਸੇ ਵਾਸਤੇ ਕਦੇ ਕਿਸੇ ਤੋਂ ਮੰਗਦਾ ਨਹੀਂ, ਕਿਸੇ ਦੇ ਅੱਗੇ ਜਾ ਕੇ ਟੇਕ ਨਹੀਂ, ਹੋਰ ਕਿਸੇ ਦੀ ਟੇਕ ਨਹੀਂ ਰੱਖਦਾ। ਗਿਆਨ ਤਾਂ ਕੇਵਲ ਇੱਕ ਪੱਖ ਹੋਇਆ, ਸਰਬ ਕਲਾ ਤਾਂ ਹੋਇਆ ਇਹਨਾਂ। ਠੀਕ ਹੈ ਗਿਆਨੀ ਜੀ, ਜਿਵੇਂ ਜਿਵੇਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਗੁਰਗੱਦੀ ਦਿੱਤੀ ਆ, ਤੇ ਉਸ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਆ, ਜੀ ਤੇ ਜਿਹੜੀ ਹੋਰ ਕੋਈ ਗੁਰੂ ਸਾਹਿਬ ਦੀ ਕੋਈ ਕਿਰਤ ਆ ਜਾਂ ਦਸਮ ਗ੍ਰੰਥ ਆ ਜਾਂ ਹੋਰ ਬਾਣੀਆਂ ਆ, ਉਹ ਸਾਡੇ ਗੁਰੂ ਨਹੀਂ ਹੋ ਸਕਦੇ। ਇਹ ਵੀ ਕਈ ਵਾਰੀ ਰੌਲਾ ਜਿੱਦਾਂ ਲੋਕੀ ਪਾਉਂਦੇ ਆ, ਤੁਸੀਂ ਇਹਨੂੰ ਕਿੱਦਾਂ ਜਿਹੜਾ ਜਿਹੜਾ ਗੁਰੂ ਸਾਹਿਬ ਸਰਵ ਗੁਰੂ ਗ੍ਰੰਥ ਸਾਹਿਬ ਹੀ ਆ ਜਾਂ ਬਾਕੀ ਬਾਣੀਆਂ ਅਸੀਂ ਮੰਨਣੀਆਂ ਜਾਂ ਨਹੀਂ ਮੰਨਣੀਆਂ? ਵਾਹਿਗੁਰੂ ਜੀ, ਵੇਖੋ ਆਪਾਂ ਪਹਿਲਾਂ ਇੱਕ ਪੰਕਤੀ ਪੜ੍ਹੀ ਨਾ, ਗੁਰ ਕਹਿਆ ਸਾਕਾਰ ਕਮਾਵੋ, ਹਾਂਜੀ, ਗੁਰ ਕੀ ਕਰਨੀ ਕਾਹੇ ਤਾਵੋ। ਜਿਹੜਾ ਗੁਰੂ ਕਾ ਸਿੱਖਿਆ, ਜੋ ਗੁਰੂ ਸਾਹਿਬ ਕਹਿੰਦੇ ਆ, ਸਿਰਫ ਉਹ ਮੰਨਦਾ, ਹੋਰ ਕੁਝ ਨਹੀਂ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਆਦਿ ਕਾਲ ਤੋਂ, ਜਦੋਂ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕਰਕੇ ਖੰਡੇ ਬਾਟੇ ਦੀ ਪਾਹੁਲ ਦਿੱਤੀ, ਪਾਹੁਲ ਦੇ ਕੇ ਨਵਾਜਿਆ, ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਜੇ ਬਖਸ਼ਿਸ਼ ਕੀਤੀ ਤਾਂ ਮਹਾਰਾਜ ਜੀ ਨੇ ਪੰਜ ਬਾਣੀਆਂ ਸਿੱਖ ਨੂੰ ਨਿਤਨੇਮ ਦੀਆਂ ਦੱਸੀਆਂ। ਹਾਂਜੀ, ਰਹਿਤ ਨਾਮਿਆਂ 'ਚ ਬਚਨ ਆਏ, ਬਹੁਤ ਸਾਰੇ ਥਾਵਾਂ 'ਤੇ ਪ੍ਰਮਾਣ ਮਿਲਦੇ ਆ। ਫਿਰ ਜੇ ਆਪਾਂ ਗੱਲ ਕਰਦੇ ਹਾਂ ਕਿ ਲੋਕ ਜਿਹੜੇ ਖੰਡਨ ਕਰਦੇ ਆ, ਉਹ ਇੱਕ ਪਾਸੇ ਤਾਂ ਸਾਨੂੰ ਕਹਿੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਅਸੀਂ ਮੰਨਦੇ ਤੇ ਤੁਸੀਂ ਵੀ ਮੰਨੋ, ਠੀਕ ਆ, ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਪੰਜ ਬਾਣੀਆਂ ਨੂੰ ਭਾਵ ਕੇ ਮਾਨਤਾ ਦਿੰਦੀ ਆ, ਤੇ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਤੇ ਦੱਸੀਆਂ ਜਾਂਦੀਆਂ ਕਿ ਪੰਜ ਬਾਣੀਆਂ ਦੁਆਰਾ ਹੀ ਖੰਡੇ ਬਾਟੇ ਦੀ ਪਾਹੁਲ ਛਕਾਈ ਜਾਂਦੀ ਆ। ਫਿਰ ਜੇ ਆਪਾਂ ਇਹਨਾਂ ਇਹਨਾਂ ਕਿਰਤਾਂ ਨੂੰ ਨਹੀਂ ਮੰਨਣਾ, ਕਿ ਅਸੀਂ ਦਸਮ ਨੂੰ ਨਹੀਂ ਮੰਨਣਾ ਜਾਂ ਹੋਰ ਚੀਜ਼ਾਂ ਨੂੰ ਨਹੀਂ ਮੰਨਣਾ, ਤਾਂ ਫਿਰ ਅਰਦਾਸ, ਜਿਵੇਂ ਲੋਕਾਂ ਨੇ ਪਹਿਲਾਂ ਅਰਦਾਸ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ, ਯਤਨ ਕੀਤਾ ਅਰਦਾਸ ਨੂੰ ਬਦਲਣੇ ਦਾ, ਪਰ ਉਹ ਲੋਕ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਸਤਾ ਪਾ ਕੇ ਸਾਡਾ ਮੁੱਖ ਬੰਦ ਕਰਨਾ ਚਾਹੁੰਦੇ ਆ, ਕਦੇ ਉਹਨਾਂ ਨੇ ਖਿਆਲ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਿੰਨੇ ਚਿਰ ਤੋਂ ਇਹ ਹੋ ਰਹੀ ਆ? ਜੇ ਆਪਾਂ ਇਹਨੂੰ ਨਹੀਂ ਮੰਨਦੇ ਤਾਂ ਫਿਰ ਅਰਦਾਸ ਸਿੱਖਾਂ ਦੀ ਕਿੱਥੋਂ ਆਉਣੀ? ਜੇ ਆਪਾਂ ਦਸਮ ਦੀ ਬਾਣੀ ਨੂੰ ਨਹੀਂ ਮੰਨਦੇ ਤਾਂ ਤਿੰਨ ਬਾਣੀਆਂ ਕਿੱਥੋਂ ਆਉਣੀਆਂ? ਖੰਡੇ ਬਾਟੇ ਦੀ ਪਾਹੁਲ ਕਿੱਦਾਂ ਤਿਆਰ ਕਰਨੀ? ਇਸ ਕਰਕੇ ਇਹ ਤਾਂ ਕਦੇ ਨਹੀਂ ਹੋ ਸਕਦਾ ਕਿ ਆਪਾਂ ਦਸਮ ਦੀ ਬਾਣੀ ਨੂੰ ਨਾ ਮੰਨੀਏ। ਦੇਖੋ, ਇਤਿਹਾਸਕ ਸਰੋਤ ਆ, ਪ੍ਰਮਾਣਕ ਗ੍ਰੰਥ ਆ ਸਾਡੇ ਕੋਲ, ਉਹਨਾਂ ਸਾਰੇ ਗ੍ਰੰਥਾਂ ਵਿੱਚ ਜ਼ਿਕਰ ਆਇਆ ਕਿ ਦਸਮ ਦੀ ਬਾਣੀ ਬਾਣੀ ਆ, ਠੀਕ ਆ, ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਹਾਂਜੀ ਗਿਆਨੀ ਜੀ ਇੱਥੇ ਰੁਕਿਆ ਇੱਕ ਮਿੰਟ ਜੀ। ਬਹੁਤ ਜਿਹਦਾ ਪ੍ਰਚਾਰ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਜਿਹੜਾ ਉਹਨਾਂ ਨੂੰ ਪ੍ਰਕਾਸ਼ ਕੀਤਾ ਜਾਂਦਾ ਆ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਰਾਬਰਤਾ ਕਰਦੇ ਹਾਂ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਆ। ਦਸਮ ਗ੍ਰੰਥ ਬਾਣੀ ਤੇ ਗੁਰੂ ਦੀ ਕਿਰਤ ਤਾਂ ਹੋ ਸਕਦੀ ਆ, ਪਰ ਉਹ ਸਾਡੇ ਗੁਰੂ ਨਹੀਂ। ਨਹੀਂ ਦੇਖੋ, ਜੇ ਗੁਰੂ ਗ੍ਰੰਥ ਆਪਾਂ ਇੱਕ ਗੱਲ ਦੇਖੋ ਮੰਨਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਬਾਣੀ ਨੂੰ ਗੁਰਤਾ ਗੱਦੀ ਦਿੱਤੀ। ਹਾਂਜੀ, ਗੁਰੂ ਸਾਹਿਬ ਜੀ ਨੇ ਗੁਰਬਾਣੀ ਨੂੰ ਗੁਰਤਾ ਗੱਦੀ ਦਿੱਤੀ। ਹੁਣ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਹਾਂਜੀ, ਆਪਾਂ ਜਾਪ ਸਾਹਿਬ ਨੂੰ ਗੁਰਬਾਣੀ ਕਰਕੇ ਪੜ੍ਹਾਂਗੇ ਨਾ, ਠੀਕ ਆ, ਗੁਰਬਾਣੀ ਜਿਹੜੀ ਬਾਣੀ ਗੁਰੂ ਸਾਹਿਬ ਜੀ ਦੇ ਮੁਖ ਤੋਂ ਆਈ ਉਹ ਗੁਰਬਾਣੀ ਆ, ਠੀਕ ਆ ਜੀ, ਹਾਂਜੀ, ਕਿਉਂਕਿ ਸ੍ਰੀ ਮੁਖ ਵਾਕ ਬਾਣੀ ਆ, ਮਹਾਰਾਜ ਜੀ ਨੇ ਬਚਨ ਵੀ ਉਚਾਰੇ ਆ ਸ੍ਰੀ ਮੁਖ ਵਾਕ ਪਾਤਸ਼ਾਹ ਜੀ ਦਸਵੇਂ। ਜੇ ਉਹ ਸ੍ਰੀ ਮੁਖ ਵਾਕ ਬਾਣੀ ਆ, ਗੁਰਬਾਣੀ ਆ, ਤੇ ਫਿਰ ਅਸੀਂ ਉਹਨੂੰ ਗੁਰੂ ਸਾਹਿਬ ਦੀ ਕਿਰਤ ਕਿਉਂ ਨਹੀਂ ਮੰਨਦੇ? ਅਗਲੀ ਗੱਲ ਇਹ ਆ, ਦੇਖੋ ਜਿਹੜੀ ਬਰਾਬਰਤਾ ਦੀ ਜਾਂ ਇਹ ਕਹਿੰਦੇ ਪ੍ਰਕਾਸ਼ ਬਰਾਬਰ ਨਹੀਂ ਹੋ ਸਕਦਾ ਜਾਂ ਇੱਦਾਂ ਇਤਿਆਦਿ ਬਹੁਤ ਕੁਝ ਕਹਿ ਰਹੇ ਲੋਕ ਨਾ, ਪਰ ਕਦੇ ਖਿਆਲ ਨਹੀਂ ਕਰਦੇ। ਕਦੇ ਦੇਖੋ, ਬਹੁਤ ਵਾਰ ਗੱਲ ਚੱਲੀ ਆ, ਮੈਂ ਕਈ ਵਾਰੀ ਦਿੰਦਾ ਹੁੰਦਾ ਆਪਣੇ ਵਿਚਾਰ, ਕਈ ਵਾਰੀ ਬਹੁਤ ਚੀਜ਼ਾਂ ਆਪਣੇ ਕੋਲ ਛੁੱਟ ਜਾਂਦੀਆਂ। ਹਾਂਜੀ, ਕਦੇ ਜਦੋਂ ਹੁਣ ਇੱਕ ਗੱਲ ਚੱਲਦੀ ਆ ਕਿ ਦੋ ਦੋ ਤਖਤਾਂ ਤੇ ਤਾਂ ਦਸਮ ਦੇ ਸਰੂਪ ਪ੍ਰਕਾਸ਼ ਆ, ਹਾਂਜੀ, ਬਾਕੀ ਤਿੰਨਾਂ ਤਖਤਾਂ ਤੇ ਨਹੀਂ, ਠੀਕ, ਪਰ ਇਹਦੇ ਆਪਾਂ ਨੂੰ ਪ੍ਰਮਾਣਿਕ ਸਰੋਤ ਮਿਲ ਜਾਂਦੇ ਆ ਕਿ ਇੱਕ ਸੋਧ ਕਮੇਟੀ ਬਣੀ 1892 ਤੋਂ 1897 ਤੱਕ, 5 ਸਾਲ ਉਹ ਕੰਮ ਕਰਦੀ ਆ, ਭਾਈ ਮੰਨਾ ਸਿੰਘ ਜੀ ਹਕੀਮ ਦੀ ਉਹ ਅਗਵਾਈ ਥੱਲੇ। ਹਾਂਜੀ,
32 ਦਸਮ ਦੇ ਪਾਵਨ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਤੇ ਬਰਾਬਰ ਪ੍ਰਕਾਸ਼ ਕਰਕੇ ਉਹਨਾਂ ਦੀ ਸਦਾਈ ਕੀਤੀ ਜਾਂਦੀ ਆ। ਹਾਂਜੀ, ਉਹਦਾ ਆਪਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਜਿਹੜਾ ਛਾਪਿਆ ਹੋਇਆ ਖਰੜਾ ਮਿਲ ਜਾਂਦਾ, ਅੱਜ ਵੀ ਉਹਦੀ ਪੁਸਤਕ ਮਿਲ ਜਾਂਦੀ ਆ, ਸੁੱਧ ਕਮੇਟੀ ਨਾਂ ਦੀ ਉਹ ਪੁਸਤਕ ਆ ਜਿਹੜੀ ਸ਼੍ਰੋਮਣੀ ਕਮੇਟੀ ਨੇ ਛਾਪੀ ਆ, ਤੇ ਭਾਈ ਰਣਧੀਰ ਸਿੰਘ ਜੀ ਜਿਹੜੇ ਸਕਾਲਰ ਹੋਏ ਆ ਉਹਨਾਂ ਨੇ ਇਹ ਪੁਸਤਕ ਛਾਪੀ ਆ। ਠੀਕ ਹੈ, 32 ਸਰੂਪ ਬਰਾਬਰ ਪ੍ਰਕਾਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ 1897 ਨੂੰ ਉਹਨਾਂ ਨੇ ਤੇ ਉੱਥੇ ਭਾਵ ਕੇ ਸਧਾਈ ਹੋਈ। ਜਿਸ ਦਿਨ ਸਧਾਈ ਸੰਪੂਰਨ ਹੋ ਗਈ ਇਸ ਪਾਵਨ ਦਸਮ ਦੀ ਬੀੜ ਦੀ, ਜਦੋਂ ਹੁਣ ਆਪਾਂ ਕਦੇ ਵੀ ਖਿਆਲ ਕਰਦੇ ਹੋ ਕਹਿੰਦੇ ਜੀ ਅੰਗ, ਬਹੁਤ ਲੋਕ ਇਹ ਕਹਿੰਦੇ ਨਾ ਦਸਮ ਦੇ ਅੰਗ ਦੋ ਘੱਟ ਆ ਜੀ, ਹਾਂਜੀ ਅਸਲ ਵਿੱਚ ਉਹ ਦੋ ਘੱਟ ਇਸੇ ਕਰਕੇ ਰੱਖ ਲਿਆ ਕਿ ਜਦੋਂ ਸਰੂਪ ਛਾਪੇ ਦੇ ਤਿਆਰ ਹੋਣ ਲੱਗੇ ਪ੍ਰਿੰਟਿੰਗ ਪ੍ਰੈਸ ਵਿੱਚ, ਤੇ ਉਹ ਪ੍ਰਿੰਟਿੰਗ ਪ੍ਰੈਸ ਵਿੱਚ 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ 1428 ਅੰਗ ਦਸਮ ਪਾਤਸ਼ਾਹ ਬਾਣੀ ਮਹਾਰਾਜ ਜੀ ਦੇ। ਠੀਕ ਹੈ, ਤਾਂ ਇਦੋਂ ਪਹਿਲਾਂ ਜਿੰਨੇ ਸਰੂਪ ਆਪਣੇ ਕੋਲ ਹੁਣ ਤੱਕ ਪ੍ਰਾਪਤ ਹੁੰਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਆ ਉਹਨਾਂ ਦੇ ਵੀ ਅੰਗ ਕਿਸੇ ਦੇ 1530 ਆ, ਕਿਸੇ ਦੇ 1600 ਤੋਂ ਵੀ ਵੱਧ ਅੰਗ ਆ, ਕਿਸੇ ਦੇ ਕਿੰਨੇ ਆ, ਕਿਸੇ ਦੇ ਕਿੰਨੇ ਆ। ਠੀਕ ਹੈ, ਜਿਹੜੇ ਹੁਣ ਆਪਾਂ ਸਰੂਪ ਦੇ ਦਰਸ਼ਨ ਕਰਦੇ ਹਾਂ 1430 ਅੰਗ, ਇਹ ਤਾਂ ਜਦੋਂ ਪ੍ਰਿੰਟਿੰਗ ਪ੍ਰੈਸ ਲੱਗ ਕੇ ਤੇ ਪ੍ਰੈਸ ਵਿੱਚ ਮਹਾਰਾਜ ਜੀ ਦੇ ਸਰੂਪ ਛਪਣ ਲੱਗੇ ਉਦੋਂ ਭਾਵ ਕੇ ਜਿਹੜੇ ਨਿਰਣਾ ਕਰਕੇ ਪਾਦਸ਼ੇਹ ਸਰੂਪ ਕੀਤੇ ਗਏ ਤੇ ਉਦੋਂ ਫਿਰ ਇਹ ਭਾਵ ਕੇ 1430 ਅੰਗ ਕਰ ਦਿੱਤੇ। ਠੀਕ ਹੈ, ਇਸੇ ਪ੍ਰਕਾਰ ਹੀ ਜਿਹੜੇ ਉਹ ਸਰੂਪ ਉਸ ਵੇਲੇ ਭਾਵ ਕੇ ਸਧਾਈ ਹੋ ਕਰਕੇ ਭਾਈ ਮੰਨਾ ਸਿੰਘ ਹਕੀਮ ਨੇ 1897 ਨੂੰ ਫਿਰ ਅੱਗੇ ਪ੍ਰੈਸਾਂ ਵਿੱਚ ਆ ਗਏ ਛਪਣ ਲੱਗੇ, ਉਦੋਂ ਪਹਿਲਾਂ ਜਿਹੜੇ 32 ਸਰੂਪ ਇਕੱਤਰ ਕੀਤੇ ਵੱਖ ਵੱਖ ਥਾਵਾਂ ਤੋਂ ਬਹੁਤ ਦੂਰ ਦੂਰ ਤੋਂ ਲਿਆ ਕੇ, ਉਹਨਾਂ ਦੇ ਵੱਖ ਵੱਖ ਅੰਗ ਸੀਗੇ, ਵੱਖਰੇ ਵੱਖਰੇ ਪ੍ਰਕਾਰ ਦੇ ਉਹ ਸਰੂਪ ਸੀ। ਠੀਕ ਹੈ, ਜੇ ਉੱਥੇ ਬਰਾਬਰ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਹੋ ਸਕਦਾ ਦਸਮ ਦਾ 1897 ਚ, ਤੇ ਹੁਣ ਕੀ ਗੱਲ ਹੋ ਗਈ, ਹੁਣ ਕੀ ਹੋਇਆ। ਪਰ ਇਹ ਵੀ ਗੱਲ ਕਹੀ ਜਾਂਦੀ ਆ ਬਈ ਉਹ ਉਸ ਵੇਲੇ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਕੀਤਾ, ਮਤਲਬ ਜਿਹੜਾ ਕੌਮ ਦੇ ਵਿੱਚ ਰਲਾ ਕਰ ਦਿੱਤਾ, ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਰਲਾ ਕਰ ਦਿੱਤਾ, ਇਹਦਾ ਕੀ ਪ੍ਰਮਾਣ ਦੇਵਾਂਗੇ ਬਈ ਨਹੀਂ ਏਦਾਂ ਹੋਇਆ। ਨਹੀਂ ਜੀ, ਅਸਲ ਵਿੱਚ ਰਲਾ ਇਹ ਕਰ ਦਿੱਤਾ ਨਾ ਜੀ, ਜੇ ਰਲੇ ਦੀ ਗੱਲ ਕਰਦੇ ਆ ਤੇ ਫਿਰ ਤੇ ਲੋਕ ਰਲਾ ਕਹਿਣ ਲੱਗ ਪਏ ਗੁਰੂ ਗ੍ਰੰਥ ਸਾਹਿਬ ਵਿੱਚ ਵੀ। ਹਾਂਜੀ, ਜੇ ਰਲੇ ਦੀ ਗੱਲ ਕਰੀਏ ਤੇ ਰਲਾ ਤੇ ਲੋਕ ਕਹਿਣ ਡਿਆ, ਭੱਟਾਂ ਦੀ ਬਾਣੀ ਚ ਰਲਾ, ਭਗਤਾਂ ਦੀ ਬਾਣੀ ਚ ਰਲਾ, ਆ ਤੁਸੀਂ ਵੇਖਿਆ ਹੋਣਾ ਆ ਮਹਾਨ ਉਹ ਬੋਲਿਆ ਉਦਾਸੀ ਜਿਹੜਾ ਇੱਕ ਨਾਰਾਇਣ ਦਾਸ, ਉਹਨੂੰ ਮਾਫ਼ੀ ਮੰਗਣੀ ਪੈ ਗਈ ਆ। ਹਾਂਜੀ, ਫਿਰ ਸਾਡੇ ਆਪ ਦੇ ਲੋਕ ਕਹਿਣ ਲੱਗ ਪਏ ਆ ਵੀ ਰਲਾ ਆ। ਠੀਕ ਹੈ, ਜੇ ਸਾਡੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਨਹੀਂ ਗਾ ਭਰੋਸਾ, ਜੇ ਸਰੂਪ ਦੇ ਆਪਣੇ ਕੋਲ ਉਤਾਰੇ ਹੈਗੇ ਆ ਚਾਰ, ਹਾਂਜੀ ਹਾਂਜੀ, ਉਸ ਦੇ ਉਦੋਂ ਦੇ ਹੱਥ ਲਿਖਤ, ਫਿਰ ਭਾਈ ਗੁਰਦਾਸ ਸਾਹਿਬ ਜੀ ਵਾਲੀ ਬੀੜ ਹੈਗੀ ਆ ਹੱਥ ਲਿਖਤ, ਜੇ ਆਪਾਂ ਨੂੰ ਉਸ ਬੀੜ ਤੇ ਵੀ ਪੂਰਨ ਤੌਰ ਤੇ ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਭਰੋਸਾ ਨਹੀਂ ਰਿਹਾ, ਤੇ ਫਿਰ ਦਸਮ ਦੀ ਬਾਣੀ ਚ ਰਲਾ ਕਹਿਣ ਵਾਲਾ ਜਿਹੜਾ ਮਰਜ਼ੀ ਕਹਿ ਸਕਦਾ। ਤੁਹਾਡਾ ਕਹਿਣ ਦਾ ਭਾਵ ਇਹ ਸਿਰਫ ਜਿੱਦਾਂ ਗੁੰਮਰਾਹ ਕੁੰਨ ਪ੍ਰਚਾਰ ਆ, ਸਿਰਫ ਗੁੰਮਰਾਹ ਕੁੰਨ ਪ੍ਰਚਾਰ ਆ ਜੀ, ਬਹੁਤ ਗੁੰਮਰਾਹ ਕੁੰਨ ਪ੍ਰਚਾਰ ਲੋਕ ਕਰ ਰਹੇ ਆ। ਜਿਹੜੇ ਲੋਕ ਇਹ ਗੱਲ ਕਹਿ ਰਹੇ ਆ ਕਦੇ ਉਹਨੀ ਦਸਮ ਨੂੰ ਪੜਿਆ, ਕਦੇ ਸੰਥਿਆ ਪੜ੍ਹੀ ਕਿਤੋਂ, ਇੰਨੇ ਮਹਿੰਗੇ ਤੇ ਔਖੇ ਪਾਠ ਆ ਉਹਦੇ ਵਿੱਚ। ਠੀਕ ਆ ਗਿਆਨੀ ਜੀ, ਹੁਣ ਆਪਾਂ ਆਉਂਦੇ ਹਾਂ ਤਾਜ਼ਾ ਜਿੱਦਾਂ ਮਤਲਬ ਜਿਹੜੀਆਂ ਘਟਨਾਵਾਂ ਵਾਪਰਦੀਆਂ, ਜਿਹੜੇ ਇੱਕ ਪਾਸੇ ਤੁਸੀਂ ਆਪ ਹੀ ਕਲੀਅਰ ਕਰ ਚੁੱਕੇ ਵੀ ਦੋ ਧਿਰਾਂ ਬਣ ਗਈਆਂ। ਇੱਕ ਮੈਂ ਬੇਨਤੀ ਕਰਦੇ ਹਾਂ ਜੀ, ਪਹਿਲਾਂ ਇੱਕ ਮੇਰੀ ਬੇਨਤੀ ਸੁਣਿਓ। ਹਾਂਜੀ, ਜਿਹੜੀ ਉਹ ਆਪਾਂ ਇੱਕ ਵਿੱਚੋਂ ਗੱਲ ਛੁੱਟ ਗਈ ਆਪਣੇ ਤੋਂ ਕਿ ਜਿਹੜੀ ਵਿਦਿਆ ਦਾ ਤੇ ਪ੍ਰਚਾਰ ਕਰਨ ਦਾ ਕੀ ਅਸਲ ਵਿੱਚ ਤਰੀਕਾ ਸੀ। ਹਾਂਜੀ, ਇਹ ਗੱਲ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ ਕਿ ਉਦਾਸੀ ਮਤ ਨੇ ਪ੍ਰਚਾਰ ਕੀਤਾ, ਨਿਰਮਲੇ ਸੰਪਰਦਾਵਾਂ ਨੇ ਪ੍ਰਚਾਰ ਕੀਤਾ,
ਟਕਸਾਲ ਪ੍ਰਚਾਰ ਮੁੱਢ ਤੋਂ ਕਰਦੀ ਆਈ, ਦੋ ਟਕਸਾਲਾਂ ਪ੍ਰਚਾਰ ਕਰਦੀਆਂ ਰਹੀਆਂ, ਗਿਆਨੀਆਂ ਦੀ ਟਕਸਾਲ ਤੇ ਦਮਦਮੀ ਟਕਸਾਲ। ਠੀਕ, ਉਹਨਾਂ ਚੋਂ ਵਿੱਦਿਆ ਪੜ੍ਹ ਕੇ ਅੱਗੇ ਪ੍ਰਚਾਰ ਹੁੰਦਾ ਰਿਹਾ। ਉਹਨਾਂ ਪ੍ਰਚਾਰ ਕਰਨ ਵਾਲਿਆਂ ਵਿੱਚੋਂ ਜਦੋਂ ਕਦੇ ਦੇਖੋ ਬਹੁਤ ਗੱਲਾਂ ਛੁੱਟ ਜਾਂਦੀਆਂ ਤੇ ਲੰਮਾ ਸਮਾਂ ਚਾਹੀਦਾ ਹੁੰਦਾ ਕਿਸੇ ਵੀ ਡਿਬੇਟ ਲਈ ਨਾ, ਹਾਂਜੀ, ਜਦੋਂ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਆਉਂਦੀ ਆ, ਜਾਂ ਭਾਵ ਕਿ ਮਰਿਆਦਾ ਨੂੰ ਮੰਨਣ ਦੀ ਗੱਲ ਆਉਂਦੀ ਆ, ਜਾਂ ਆਪਣੇ ਸਿਧਾਂਤ ਨੂੰ ਮੰਨਣ ਦੀ ਗੱਲ ਆਉਂਦੀ ਆ, ਤੇ ਜਿਸ ਟਕਸਾਲ ਨੇ ਤਿੰਨ ਸਿਰ ਲਾਏ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਲਈ, ਹਾਂਜੀ, ਉਸ ਟਕਸਾਲ ਨੇ ਪ੍ਰਚਾਰ ਕੀਤਾ, ਸਮੇਂ ਸਮੇਂ ਅਨੁਸਾਰ ਟਕਸਾਲ ਦੇ ਜਿਹੜੇ ਕੇਂਦਰ ਬਦਲਦੇ ਰਹੇ, ਹਾਂਜੀ, ਪਰ ਟਕਸਾਲ ਵਿੱਚੋਂ ਵਿੱਦਿਆ ਪੜ੍ਹਨ ਵਾਲਿਆਂ ਦੇ ਲਈ ਹਦਾਇਤ ਸੀ ਕਿ ਉਹਨਾਂ ਨੂੰ ਜਿੰਨੀ ਬਾਣੀ ਉਹਨਾਂ ਨੇ ਬੋਲਣੀ ਆ, ਰਾਗੀ ਸਿੰਘਾਂ ਨੇ ਬੋਲਣੀ ਆ, ਉਹਨਾਂ ਨੂੰ ਕੰਠ ਹੋਵੇ, ਉਹਨਾਂ ਦੀ ਜੀਵਨ ਜਾਚ ਚੰਗੀ ਹੋਵੇ, ਉਹ ਸਵੇਰੇ ਅੰਮ੍ਰਿਤ ਵੇਲੇ ਜਾਗਣ, ਰਹਿਤ ਬਹਿਤ ਆਪਣੀ ਚੰਗੀ ਰੱਖਣ, ਲਾਲਚ ਕਦੇ ਨਾ ਵਿਖਾਉਣ, ਇਤਿਆਦਕ ਕਦੇ ਵਾਸਤੇ ਪੰਥ ਦੀ ਜਥੇਬੰਦੀ ਤੋਂ ਬਾਹਰ ਹੋ ਕੇ ਨਾ ਵਿਚਰਨ, ਕਦੇ ਵਾਸਤੇ ਕੇਸਰੀ ਨਿਸ਼ਾਨ ਦੇ ਥੱਲਿਓਂ ਪਰੇ ਨਾ ਜਾਣ, ਇਹ ਪ੍ਰਚਾਰ ਦਾ ਅੰਗ ਸੀ। ਜੇ ਕਦੇ ਫਿਰ ਮਹੰਤਾਂ ਦਾ ਸਮਾਂ ਆਇਆ ਤਾਂ ਮਹੰਤਾਂ ਦੇ ਸਮੇਂ ਪ੍ਰਚਾਰ ਦਾ ਜਿਹੜਾ ਸੀ ਉਹ ਜ਼ੋਰ ਫੜਿਆ ਪ੍ਰਚਾਰ ਕਰਨ ਦੇ ਲਈ, ਜਾਂ ਜਦੋਂ ਭਾਵ ਕੇ ਜੇ ਗੱਲ ਕਰੀਏ ਤਾਂ ਬਹੁਤ ਲੋਕ ਤਾਂ ਇਸ ਗੱਲ ਤੋਂ ਵੀ ਅਸਲ 'ਚ ਸਮਝਦੇ ਨਹੀਂ ਕਿ ਇਹਦੇ ਪ੍ਰਮਾਣਕ ਸਰੋਤ ਹੈਗੇ ਆਪਣੇ ਕੋਲ, ਕਿ ਸਿੰਘ ਸਭਾ ਲਹਿਰ ਜਿਹੜੀ ਆ ਉਹ ਕਿਹਨਾਂ ਨੇ ਸ਼ੁਰੂ ਕੀਤੀ, ਉਹਦੇ ਵਿੱਚੋਂ ਸਭ ਤੋਂ ਵੱਡਾ ਯੋਗਦਾਨ ਸੰਤ ਬਾਬਾ ਅਤਰ ਸਿੰਘ ਜੀ ਦਾ, ਹਾਂਜੀ ਹਾਂਜੀ, ਸੰਤ ਬਾਬਾ ਸੁੰਦਰ ਸਿੰਘ ਜੀ ਦਾ, ਹੋਰ ਸਾਧੂਆਂ ਦਾ ਯੋਗਦਾਨ ਸੀ। ਪ੍ਰਚਾਰ ਹੁੰਦਾ ਰਿਹਾ, ਪ੍ਰਚਾਰ ਦੀ ਜਦੋਂ ਪ੍ਰਚਾਰ ਦਾ ਮਕਸਦ ਬਦਲਿਆ ਕਿ ਆਪਣੀ ਗੱਲ ਰਲਾ ਕੇ ਵਿੱਚ ਪੇਸ਼ ਕੀਤੀ ਜਾਣ ਲੱਗੀ, ਉਦੋਂ ਸਿੰਘ ਸਭਾ ਲਹਿਰ ਦਾ ਖਾਤਮਾ ਹੋ ਗਿਆ। ਪਰ ਅੱਜ ਦੇ ਬਹੁਤ ਗਿਆਨੀ ਜੀ ਪ੍ਰਚਾਰ ਕੇ ਕਹਿ ਰਹੇ ਆ ਕਿ ਜਿਹੜੇ ਕੌਮ ਦੇ ਵਿੱਚ ਸੰਤ ਬਾਬੇ ਆ, ਇਹਨਾਂ ਨੇ ਕੌਮ ਨੂੰ ਲੁੱਟ ਕੇ ਖਾ ਲਿਆ, ਇਹ ਆਪਣੀਆਂ ਦੁਕਾਨਾਂ ਚਲਾਉਂਦੇ ਆ, ਇਸ ਕਰਕੇ ਜਦੋਂ ਅਸੀਂ ਸੱਚ ਦਾ ਪ੍ਰਚਾਰ ਕਰਦੇ ਸਾਨੂੰ ਚੈਨ ਨਹੀਂ ਦੇ ਰਿਹਾ। ਥੋੜਾ ਜਿਹਾ ਵਿਚਾਰ ਤੋਂ ਆਪਾਂ ਲਾਂਭੇ ਚਲੇ ਜਾਵਾਂਗੇ, ਆਪਾਂ ਉਸੇ ਮਕਸਦ ਤੇ ਰਹਿਣਾ ਸੀ ਕਿ ਪ੍ਰਚਾਰ ਕਰਨ ਦਾ ਪਹਿਲਾਂ ਕੀ ਮਕਸਦ ਸੀ, ਫਿਰ ਬਦਲਿਆ ਕਿਵੇਂ। ਠੀਕ ਹੈ, ਜੇ ਬਦਲਿਆ ਤਾਂ ਇੱਕ ਗੱਲ ਮੈਂ ਕਹਿ ਦਿਆਂ ਕਿ ਜਿਸ ਵੇਲੇ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਹਾਂਜੀ, ਉਸ ਵੇਲੇ ਉੱਥੇ ਖੜੋ ਕਰਕੇ ਸਿੱਖਾਂ ਨੇ ਅਰਦਾਸ ਕੀਤੀ ਕਿ ਹੁਣ ਸਾਨੂੰ ਪ੍ਰਚਾਰ ਕਰਨ ਦੇ ਲਈ ਬਹੁਤ ਜ਼ਿਆਦਾ ਪ੍ਰਚਾਰਕ ਪੈਦਾ ਕਰਨੇ ਪੈਣਗੇ। ਠੀਕ ਹੈ, ਪ੍ਰਿੰਸੀਪਲ ਜੋਤ ਸਿੰਘ ਹੋਣਾ ਨੇ, ਬਾਕੀ ਗੁਰੂ ਕੇ ਸਿੱਖਾਂ ਨੇ ਰਾਗੀ ਹੀਰਾ ਸਿੰਘ ਜੀ ਹੋਣਾ ਨੇ, ਭਾਵ ਕਿ ਹੋਰ ਜਿਹੜੇ ਗੁਰਮੁਖ ਪਿਆਰੇ ਸੀ ਉਸ ਵੇਲੇ, ਉਹਨਾਂ ਨੇ ਯਤਨ ਕਰਕੇ ਜਿਹੜੇ ਆਗੂ ਸੀ ਕੌਮ ਦੇ ਸਿੱਖ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼ਹੀਦਾਂ ਦੇ ਨਾਂ ਤੇ ਸ਼ੁਰੂ ਕੀਤਾ, ਹਾਂਜੀ, ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਅੰਡਰ ਚੱਲਦਾ ਰਿਹਾ, ਜਿਹਦੇ ਵਿੱਚ ਦਸਮ ਦੀ ਬਾਣੀ ਦੀ ਸੰਥਿਆ ਪੜ੍ਹਾਈ ਜਾਂਦੀ ਰਹੀ, ਉਹ ਦਸਮ ਦੀ ਬਾਣੀ ਦੀ ਸੰਥਿਆ ਪੜ੍ਹਾ ਕੇ ਅੱਗੇ ਦਸਮ ਦੀ ਬਾਣੀ ਦੇ ਪ੍ਰਮਾਣਕ ਪ੍ਰਮਾਣ ਦਿੰਦੇ ਰਹੇ, ਕੋਈ ਵਾਸਤੇ ਬਖਰੇਵਾਂ ਕਿਤੇ ਨਹੀਂ ਆਇਆ। ਜੇ ਬਖਰੇਵਾਂ ਆਇਆ ਤਾਂ ਬਖਰੇਵਾਂ ਆਇਆ ਤੇ ਆ ਪੰਜਾਂ ਦਸਾਂ ਸਾਲਾਂ ਦਾ ਆਇਆ ਜੀ। ਮੈਂ ਇਹੀ ਸਵਾਲ ਕਰਨ ਲੱਗਾ ਵੀ ਬਖਰੇਵਾਂ ਆਇਆ ਕਿਉਂ ਤੇ ਕਿਹਨੇ ਲਿਆਂਦਾ? ਬਖਰੇਵਾਂ ਆਇਆ ਜਿਹੜੇ ਆਪਣੇ ਆਪ ਪ੍ਰਚਾਰਕ ਪੈਦਾ ਹੋਏ, ਜਿਹਨਾਂ ਨੇ ਘੁਸਪੈਠ ਕੀਤੀ, ਜਿਹਨਾਂ ਨੇ ਸਾਡੇ ਹਰ ਸਿਧਾਂਤ ਨੂੰ ਬਦਲਿਆ, ਜਿਹਨਾਂ ਨੇ ਆਖਿਆ ਸਰੋਵਰ ਵੀ ਨਹੀਂ ਸਾਡਾ, ਪੰਜ ਬਾਣੀਆਂ ਵੀ ਨਹੀਂ ਸਾਡੀਆਂ, ਅੰਮ੍ਰਿਤ ਵੀ ਨਹੀਂ ਸਾਡਾ, ਅਰਦਾਸ ਵੀ ਨਹੀਂ ਸਾਡੀ, ਇਤਿਆਦਕ। ਠੀਕ ਆ, ਪਰ ਇਹਨੂੰ ਜੇ ਸਿੱਖ ਮਸ਼ੀਨਰੀ ਜਿਹੜਾ ਆ ਕਾਲਜ ਆ ਸ਼੍ਰੋਮਣੀ ਕਮੇਟੀ ਦੇ ਅੰਡਰ ਆ, ਅੱਜ ਵੀ ਸ਼੍ਰੋਮਣੀ ਕਮੇਟੀ ਦੇ ਅੰਡਰ ਆ, ਤੇ ਹੁਣ ਇਥੋਂ ਪ੍ਰਚਾਰ ਗਲਤ ਪ੍ਰਚਾਰ ਕਿਉਂ ਕਰ ਰਹੇ ਆ? ਨਹੀਂ ਜੀ, ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਾਲੇ ਨਹੀਂ ਕਰਦੇ ਗਲਤ ਪ੍ਰਚਾਰ, ਕੌਣ ਕਰਦਾ ਜੀ? ਇਹ ਤੇ ਜਿਹੜਾ ਆ ਭਾਵ ਕੇ ਬੈਠੇ ਆ ਕੋਈ ਗਿਆਨ ਗੁਰ ਗਿਆ ਆਹ ਗਿਆਨ ਪ੍ਰਕਾਸ਼ ਭਾਵ ਕੇ ਕਾਲਜ ਬਣ ਗਿਆ, ਕੋਈ ਕਿਤੇ ਬਣ ਗਿਆ, ਕੋਈ ਕਿਸੇ ਨੇ ਖੋਲਿਆ, ਜਾਂ ਇਉਂ ਕਹਿ ਲਈਏ ਕਿ ਜਿਹੜਾ ਉੱਠਿਆ ਜਿਹਨੇ ਭਾਵ ਕੇ ਦੋ ਕਿਤਾਬਾਂ ਪੜ੍ਹੀਆਂ ਉਹ ਪ੍ਰਚਾਰਕ ਬਣ ਗਿਆ। ਠੀਕ, ਅਗਲੀ ਗੱਲ ਜਿਹੜੀ ਤੁਸੀਂ ਸੰਤ ਦਾ ਸਵਾਲ ਕੀਤਾ ਵੀ ਸੰਤ ਬਾਬੇ ਕਿੱਥੋਂ ਆਏ,
ਇੱਕ ਦਿਨ ਮੈਂ ਹੁਣੀ ਸੁਣ ਡਿਆ ਸੀ ਵੀ ਭਾਵ ਕੇ ਪ੍ਰਚਾਰਕ ਸਾਡੇ ਬੋਲ ਰਹੇ ਆ, ਜਿਹੜੇ ਉਹ ਪ੍ਰਚਾਰ ਬੋਲਣ ਵਾਲੇ, ਉਹ ਪ੍ਰਚਾਰਕ ਗੱਲ ਕਰਦੇ ਆ ਭਈ ਦੇਖੋ ਜੀ ਬਹੁਤ ਮਨਮਤ ਆ ਗਈ ਆ ਗਈ। ਠੀਕ ਹੈ ਮਨਮਤ ਆ ਗਈ, ਲੋਕਾਂ ਨੇ ਯਤਨ ਕੀਤਾ, ਪਰ ਜਿਹੜੇ ਗੁਰੂ ਕੇ ਸਿੱਖ ਸੀ ਉਹਨਾਂ ਦੇ ਅੰਦਰ ਮਨਮਤ ਨਹੀਂ ਆਈ। ਯਤਨ ਕੀਤਾ ਨਾ, ਕਿਹਾ ਜਾਂਦਾ ਵੀ ਮੂਰਤੀਆਂ ਲੱਗ ਗਈਆਂ ਹਰਿਮੰਦਰ ਸਾਹਿਬ ਵਿੱਚ, ਤੇ ਉਹਨਾਂ ਨੂੰ ਚੁਕਾਉਣ ਵਾਲੇ ਦਾ ਨਾਂ ਲਿਆ ਜਾਂਦਾ ਵੀ ਡਾਕਟਰ ਭਾਵ ਕੇ ਗੰਡਾ ਸਿੰਘ ਹੋਣੀ, ਡਾਕਟਰ ਗੰਗਾ ਸਿੰਘ ਹੋਣੀ, ਹੋਰ ਸਾਰੇ। ਹਾਂਜੀ, ਉਸ ਤੋਂ ਅੱਗੇ ਜਦੋਂ ਆਪਾਂ ਗੱਲ ਕਰੀਏ ਤਾਂ ਉਹਨਾਂ ਉਹ ਨਾਂ ਲੈਂਦੇ ਆ ਕਿ ਭਾਈ ਕਾਨ ਸਿੰਘ ਜੀ ਨਾਭਾ ਦਾ। ਹਾਂਜੀ, ਕਿ ਭਾਈ ਕਾਨ ਸਿੰਘ ਜੀ ਨਾਭਾ ਨੇ ਬਹੁਤ ਯੋਗਦਾਨ ਪਾਇਆ, ਉਹਨੇ ਗੁਰਮਤ ਮਾਰਤਾਂਡ ਹੋਰ ਇਤਿਹਾਦਿਕ ਮਹਾਨ ਕੋਸ਼ ਪੁਸਤਕਾਂ ਲਿਖੀਆਂ, ਹਮ ਹਿੰਦੂ ਨਹੀਂ ਇਤਿਹਾਦਿਕ ਪੁਸਤਕਾਂ ਲਿਖ ਕੇ ਉਹਨਾਂ ਨੇ ਵਰਣਨ ਕੀਤਾ। ਠੀਕ ਹੈ, ਜਦੋਂ ਸਾਡੇ ਲੋਕ ਸੰਤਾਂ ਨੂੰ ਭਾਵ ਕੇ ਕਹਿੰਦੇ ਆ, ਕੰਡਮ ਕਰਦੇ ਆ ਵੀ ਸੰਤ ਪਦ ਜਿਹੜਾ ਕਿੱਥੋਂ ਆਇਆ ਜੀ, ਹਾਂਜੀ ਹਾਂਜੀ, ਤਾਂ ਜੇ ਜਦੋਂ ਤੱਕ ਗੁਰਬਾਣੀ ਅਸਲ ਵਿੱਚ ਜਦੋਂ ਤੱਕ ਗੁਰਬਾਣੀ ਨਹੀਂ ਲੋਕ ਪੜ੍ਹਦੇ ਉਦੋਂ ਤੱਕ ਪਤਾ ਨਹੀਂ ਲੱਗੂਗਾ ਸੰਤ ਕਿੱਥੋਂ ਆਇਆ। ਠੀਕ ਹੈ, ਸੰਤ ਦੀ ਡੈਫੀਨੇਸ਼ਨ ਕੀ ਆ, ਸੰਤ ਦੀ ਪਰਿਭਾਸ਼ਾ ਕੀ, ਸੰਤ ਕਰਦਾ ਕੀ ਆ। ਹਾਂਜੀ, ਇੱਕ ਪੰਗ ਗੁਰਬਾਣੀ ਵਿੱਚ, ਗੁਰਬਾਣੀ ਵਿੱਚ ਇੱਕ ਜ਼ਿਕਰ ਆਇਆ, ਮਹਾਰਾਜ ਜੀ ਕਹਿੰਦੇ ਆ ਜੋੜਨਹਾਰਾ ਸੰਤ, ਜੋੜਨਹਾਰਾ ਸੰਤ, ਸੰਤ ਨਾਨਕ ਪਾਦਰ ਪਧਰੋ। ਫਿਰ ਬਹੁਤ ਪ੍ਰਮਾਣ ਗੁਰਬਾਣੀ ਵਿੱਚ ਆਏ ਆ। ਆਪਾਂ ਕਹਿੰਦੇ ਹਾਂ ਸੰਤ ਕਿੱਦਾਂ ਦਾ ਹੁੰਦਾ ਜੀ, ਸੰਤ ਕਿਹਨੂੰ ਆਖ ਸਕਦੇ ਹਾਂ, ਗੁਰਬਾਣੀ ਵਿੱਚ ਇੱਕ ਬਚਨ ਆਇਆ, ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮੁਰਾਰ। ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਆ ਉਹ ਰੱਬ ਦੀ ਮੂਰਤ ਆ ਸੰਤ ਜਿਹੜਾ। ਤੇ ਹੁਣ ਜੇ ਗੁਰੂ ਸਾਹਿਬ ਤੋਂ ਬਿਨਾਂ, ਜੇ ਗੁਰੂ ਸਾਹਿਬ ਤੋਂ ਬਿਨਾਂ ਕਿਸੇ ਦੇ ਹਿਰਦੇ ਵਿੱਚ ਨਾਮ ਹੀ ਨਹੀਂ ਆਉਣਾ, ਨਾਮ ਟਿਕਣਾ ਹੀ ਨਹੀਂ, ਕਿਸੇ ਨੇ ਸੰਤ ਬਣਨਾ ਹੀ ਨਹੀਂ, ਤਾਂ ਫਿਰ ਆਪਾਂ ਨੂੰ ਗੁਰੂ ਸਾਹਿਬ ਜੀ ਕੋਲ ਆਉਣ ਦੀ ਲੋੜ ਕੀ ਆ। ਆਪਾਂ ਸੁਖਨੀ ਸਾਹਿਬ, ਆਪਾਂ ਦੇਖੋ ਦੇਖੋ ਸੁਖਨੀ ਸਾਹਿਬ ਵਿੱਚੋਂ ਇੱਕ ਬਚਨ ਪੜ੍ਹਦੇ ਨਾ ਜਦੋਂ ਆਪਾਂ 18ਵੀਂ ਅਸ਼ਟਪਦੀ ਦਾ, ਹਾਂਜੀ, ਕਿ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਹਾਂਜੀ, ਜੇ ਗੁਰੂ ਗੁਰੂ ਕਿਰਪਾ ਕਰਕੇ ਭਾਵ ਕਿ ਅੰਮ੍ਰਿਤ ਦ੍ਰਿਸ਼ਟੀ ਨਾਲ ਕਿਸੇ ਸਿੱਖ ਵੱਲ ਵੇਖੇ ਤੇ ਉਹਨੂੰ ਸੰਤ ਬਣਾ ਦਿੰਦਾ। ਇਹ ਤਾਂ ਲੰਬੀ ਵਿਚਾਰ ਆ, ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜੇ ਇੱਕ ਗੱਲ ਕਹਿ ਕੇ ਤੁਸੀਂ ਮੈਨੂੰ ਸਵਾਲ ਕੀਤਾ ਨਾ ਵੀ ਇਹ ਲੋਕ ਕਹਿੰਦੇ ਸੰਤ ਆਏ ਕਿੱਥੋਂ ਆ, ਸੰਤ ਤੇ ਸਰਕਾਰਾਂ ਦੀ ਦੇਣ ਆ ਜਾਂ ਸੰਤ ਅੰਗਰੇਜ਼ਾਂ ਦੀ ਦੇਣ ਆ, ਇਹ ਗੱਲ ਕਹਿੰਦੇ ਨਾ। ਜਿਸ ਭਾਈ ਕਾਨ ਸਿੰਘ ਦਾ ਨਾਮ ਲੈ ਕੇ ਭਾਵ ਕੇ ਸੰਤਾਂ ਨੂੰ ਭੰਡਦੇ ਆ ਨਾ, ਉਸ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਜਿਸ ਜਿਹਦਾ ਇਹ ਗੱਲ ਕਰਦੇ, ਕਹਿੰਦੇ ਕਿ 1905 ਤੋਂ ਸੰਤ ਅੱਖਰ ਸ਼ੁਰੂ ਹੋਇਆ। ਠੀਕ ਆ, 1905 ਤੋਂ ਜੇ ਸੰਤ ਅੱਖਰ ਸ਼ੁਰੂ ਹੋਇਆ ਤਾਂ ਫਿਰ ਜਿਹੜਾ ਭਾਈ ਕਾਨ ਸਿੰਘ ਨਾਭੇ ਨੂੰ ਕਹਿੰਦੇ ਆ ਕਿ ਉਹਨਾਂ ਨੇ ਸੰਤ ਭਾਵ ਕੇ ਸੰਤ ਪਦ ਦਾ ਖੰਡਨ ਕੀਤਾ। ਜਿਸ ਸੰਤ ਦੇ ਨਾਂ ਨਾਲ ਸੰਤ ਲੱਗਾ ਉਸ ਸੰਤ ਦੀ ਫੋਟੋ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਲਾਈ ਆ। ਠੀਕ ਆ, ਜਿਸ ਸੰਤ ਨੂੰ ਇਹ ਖੰਡਨ ਕਰਦੇ ਆ ਵੀ ਅੰਗਰੇਜ਼ਾਂ ਦੀ ਦੇਣ ਆ, ਉਸ ਬਾਬਾ ਸੰਤ ਅਤਰ ਸਿੰਘ ਜੀ ਮਸਤੂ ਆਉਣੇ ਵਾਲਿਆਂ ਦੀ ਇੱਕ ਕੇਵਲ ਫੋਟੋ ਭਾਵ ਕੇ ਮਹਾਨ ਕੋਸ਼ ਵਿੱਚ ਲੱਗੀ ਆ, ਜਿੱਥੇ 14 ਸਾਲ ਮਿਹਨਤ ਹੋਈ ਆ ਕਾਨ ਸਿੰਘ ਨਾਭੇ ਦੀ। ਠੀਕ ਹੈ, ਇਹਨਾਂ ਕੋਲ ਹੈਗਾ ਜਵਾਬ ਵੀ ਇਹ ਸੰਤ ਪਦ ਦਾ ਤੇ ਖੰਡਨ ਕਰਦੇ ਆ, ਤੇ ਭਾਈ ਭਾਵ ਕਾਨ ਸਿੰਘ ਨਾਭਾ ਜਿਹੜਾ ਉਹ ਸੰਤ ਬਾਬਾ ਅਤਰ ਸਿੰਘ ਜੀ ਨੂੰ ਕਹਿੰਦਾ ਮੈਂ ਇੱਕ ਅਲਪਗ ਜੀਵ ਸੰਤ ਮਹਾਰਾਜ ਸੰਤ ਅਤਰ ਸਿੰਘ ਦੀ ਕੀ ਸਿਫਤ ਦੱਸ ਸਕਦਾ, ਉਹਨਾਂ ਦੀ ਕੀ ਮਹਿਮਾ ਵਰਣਨ ਕਰ ਸਕਦਾ। ਠੀਕ ਹੈ, ਹਾਂਜੀ, ਤੇ ਗਿਆਨੀ ਜੀ ਜਿੱਦਾਂ ਹੁਣ ਆਪਾਂ ਪ੍ਰੋਗਰਾਮ ਦੇ ਤਕਰੀਬਨ ਆਖਰ ਦੇ ਵਿੱਚ ਪਹੁੰਚ ਚੁੱਕੇ ਆ, ਪ੍ਰਚਾਰਕ ਲਈ ਆਪਾਂ ਬਹੁਤ ਵਧੀਆ ਤੁਸੀਂ ਦਿੱਤੇ ਆ ਪ੍ਰਮਾਣ ਕਿਹੋ ਜਿਹਾ ਪ੍ਰਚਾਰਕ ਹੋਣਾ ਚਾਹੀਦਾ, ਪਰ
ਜਿਹੜੇ ਸਿੱਖ ਮਸ਼ੀਨਰੀ ਦੀ ਗੱਲ ਕੀਤੀ ਆ, ਜਿਹੜੇ ਜੀ ਉਹਨਾਂ ਦੇ ਪ੍ਰਚਾਰਕ ਆ, ਤੁਸੀਂ ਕਿਹਾ ਬਈ ਸਾਰੇ ਨਹੀਂ, ਕੁਝ ਪ੍ਰਚਾਰਕ ਆ ਜਿਹੜੇ ਮਸ਼ੀਨਰੀ ਪ੍ਰਚਾਰਕਾਂ ਨੂੰ ਤੁਸੀਂ ਕਹਿ ਰਹੇ ਹੋ ਸੱਚ ਤਾਂ ਤੋੜ ਰਹੇ ਆ, ਉਹ ਸਾਡੀ ਸ਼ਰਧਾ ਤੋੜ ਰਹੇ ਆ, ਤੇ ਜੀ ਉਧਰੋਂ ਜਿਹੜੇ ਮਸ਼ੀਨਰੀ ਪ੍ਰਚਾਰਕ ਆ ਉਹ ਕਹਿ ਰਹੇ ਜਿਹੜੇ ਟਕਸਾਲ ਵਾਲੇ ਆ ਇਹ ਸਾਨੂੰ ਬੋਲਣ ਨਹੀਂ ਦਿੰਦੇ, ਸਾਡੇ ਤੇ ਜਬਰਦਸਤੀ ਕਰਦੇ ਆ, ਤੇ ਜੀ ਇਹ ਮਤਲਬ ਟਕਸਾਲ ਨੂੰ ਇੱਥੋਂ ਤੱਕ ਗੁੰਡੇ ਲਫ਼ਜ਼ ਵੀ ਵਰਤਿਆ ਗਿਆ, ਦੇਖੋ ਜੀ ਇਹ ਤੇ ਗੱਲ। ਦੋਨੇ ਹਾਂਜੀ ਪ੍ਰਚਾਰ ਹਾਂਜੀ ਹਾਂਜੀ ਦੋਨੇ ਪ੍ਰਚਾਰਕ ਆ, ਜੀ ਤੁਸੀਂ ਮਤਲਬ ਸੰਗਤ ਦੇ ਵਿੱਚ ਇਹਦਾ ਕੀ ਮਤਲਬ ਸਹੀ ਰੂਪ ਦੇ ਵਿੱਚ ਆਪਾਂ ਪੱਖ ਰੱਖਾਂਗੇ ਵੀ ਕੀ ਗੱਲ ਉਹ ਪ੍ਰਚਾਰ ਨਹੀਂ ਕਰ ਸਕਦੇ, ਜਾਂ ਨਹੀਂ ਆਪਾਂ ਟਕਸਾਲ ਵਾਲੇ ਪ੍ਰਚਾਰ ਨਹੀਂ ਕਰ ਸਕਦੇ, ਜਾਂ ਕੌਣ ਪ੍ਰਚਾਰ ਕਰ ਸਕਦਾ? ਦੇਖੋ ਜੀ ਪ੍ਰਚਾਰ ਅਸਲ ਵਿੱਚ ਕਰ ਸਕਦਾ, ਹਰ ਕੋਈ ਪ੍ਰਚਾਰ ਕਰ ਸਕਦਾ, ਹਰ ਸਿੱਖ ਪ੍ਰਚਾਰਕ ਆ। ਹਾਂਜੀ ਪਰ ਗੁਰੂ ਕਾ ਸਿੱਖ ਗੁਰੂ ਕੀ ਹਜ਼ੂਰੀ ਵਿੱਚ ਬੈਠ ਕਰਕੇ ਉਹ ਗੱਲ ਬੋਲੇ ਜੋ ਗੁਰੂ ਕਾ ਆਸ਼ਾ ਸਾਨੂੰ ਕਹਿੰਦਾ। ਠੀਕ ਆ, ਹਾਂਜੀ ਗੁਰੂ ਕੇ ਆਸ਼ੇ ਅਨੁਸਾਰ ਜਦੋਂ ਆਪਾਂ ਦੇਖਦੇ ਹਾਂ ਤੇ ਇਹ ਤੇ ਭਾਵ ਕੇ ਕੋਈ ਲੰਬੀ ਡਿਬੇਟ ਕਦੇ ਚੱਲਣੀ ਚਾਹੀਦੀ ਆ ਬੈਠ ਕੇ, ਕਿ ਉਹਨਾਂ ਨਾਲ ਵੀ ਆਪਾਂ ਨੂੰ ਬਹਿ ਕੇ ਗੱਲ ਕਰ ਲੈਣੀ ਚਾਹੀਦੀ ਆ। ਉਹ ਕਦੇ ਇਹ ਗੱਲ ਕਹਿੰਦੇ ਸੀ ਕਿ ਰੋਸ ਨਾ ਕੀਜੈ ਉੱਤਰ ਦੀਜੈ, ਹਾਂਜੀ ਰੋਸ ਨਾ ਕੀਜੈ ਉੱਤਰ ਉੱਤਰ ਦੀਜੈ ਦੀਜੈ। ਹਾਂਜੀ ਹੁਣ ਜੇ ਉਹਨਾਂ ਨੂੰ ਕੋਈ ਸਵਾਲ ਹਾਂਜੀ ਕਰਦਾ ਆ, ਉੱਤਰ ਮੰਗਦਾ ਉਹਨਾਂ ਤੋਂ, ਤੇ ਉਹ ਕਹਿੰਦੇ ਅਸੀਂ ਜਵਾਬ ਦੇਣਾ ਨਹੀਂ, ਅਸੀਂ ਜਵਾਬ ਦੇ ਨਹੀਂ ਤੁਹਾਨੂੰ। ਠੀਕ ਆ, ਹਾਂਜੀ ਅਸੀਂ ਭਾਵ ਕੇ ਜਵਾਬ ਦੇ ਨਹੀਂ। ਜੇ ਉਹ ਜਵਾਬ ਦੇ ਨਹੀਂ ਤੇ ਫਿਰ ਪ੍ਰਚਾਰ ਕਰਨ ਦਾ ਉਹਨਾਂ ਨੂੰ ਕੀ ਹੱਕ ਆ? ਮੰਨ ਲਓ ਮੈਂ ਪ੍ਰਚਾਰ ਕਰਦਾ, ਮੈਂ ਕੋਈ ਗੱਲ ਗੱਲ ਬੋਲੀ ਆ, ਗਲਤ ਬੋਲਦਾ, ਮੈਨੂੰ ਕੋਈ ਆ ਕੇ ਸਵਾਲ ਕਰਦਾ ਜੀ ਇਹਦਾ ਨਿਰਣਾ ਕਰਕੇ ਦੱਸੋ, ਤੇ ਮੈਂ ਕਹਾਂ ਜੀ ਮੈਂ ਤੁਹਾਨੂੰ ਜਵਾਬ ਦੇ ਨਹੀਂ, ਇਹ ਕਿੱਥੇ ਲਿਖਿਆ ਹੋਇਆ? ਠੀਕ ਆ, ਠੀਕ ਨੀ ਜੀ? ਯਾਨੀ ਜੀ ਰਹੀ ਗੱਲ, ਰਹੀ ਗੱਲ, ਰਹੀ ਗੱਲ, ਰਹੀ ਗੱਲ ਕਿ ਪ੍ਰਚਾਰ ਕੌਣ ਕਰ ਸਕਦਾ ਜਾਂ ਗੁਰਦੁਆਰੇ ਦੇ ਪ੍ਰਬੰਧਕ ਸਾਦੇ ਆ ਜੀ, ਉਹ ਇਹ ਦਿੰਦੇ ਆ ਵੀ ਸਾਨੂੰ ਜਦੋਂ ਪ੍ਰਬੰਧਕ ਜਾਂ ਸੰਗਤਾਂ ਸੁਣਨੀਆਂ ਚਾਹੁੰਦੀਆਂ ਤਾਂ ਤੁਹਾਨੂੰ ਕਦੇ ਇਸ ਗੱਲ ਦਾ ਦੁੱਖ ਲੱਗਦਾ, ਤੁਸੀਂ ਸਾਨੂੰ ਪ੍ਰਚਾਰ ਕਿਉਂ ਨਹੀਂ ਕਰਦੇ? ਨਹੀਂ ਦੇਖੋ ਜੀ ਉਹ ਪ੍ਰਚਾਰ ਕਰਨ ਕੋਈ ਸ਼ੱਕ ਨਹੀਂ, ਪਰ ਗੱਲ ਇਹ ਆ ਕਿ ਪ੍ਰਚਾਰ ਕਰਨ ਵਾਸਤੇ ਜਿਹੜੀ ਆਮ ਲੁਕਾਈ ਆ ਨਾ ਜੀ ਸੁਣਨ ਵਾਲੀ, ਹਾਂਜੀ ਉਹ ਸੁਣਨ ਵਾਲੀ ਲੁਕਾਈ ਨੂੰ ਇਸ ਗੱਲ ਦਾ ਗਿਆਤ ਗਿਆਨ ਨਹੀਂ ਕਿ ਪ੍ਰਚਾਰ ਕੀ ਹੋਣਾ ਚਾਹੀਦਾ। ਉਹਨਾਂ ਨੂੰ ਕਿੱਦਾਂ ਪਤਾ ਲੱਗੂ? ਉਹਨਾਂ ਨੂੰ ਪਤਾ ਲੱਗੂਗਾ ਕਿ ਉਹ ਗੁਰਬਾਣੀ ਆਪ ਪੜ੍ਹਨ, ਉਹ ਚੰਗੀ ਤਰ੍ਹਾਂ ਇਹ ਸਮਝਣ ਕਿ ਸਾਡੇ ਭਾਵ ਕੇ ਪ੍ਰਚਾਰ ਦੇ ਕੀ ਅੰਗ ਆ, ਸਿੱਖੀ ਦਾ ਕੀ ਕਰਤੱਵ ਆ, ਕੀ ਸਿੱਖ ਨੂੰ ਕਰਨਾ ਚਾਹੀਦਾ। ਵੇਖੋ ਇੱਕ ਗੱਲ ਕਹਿ ਕੇ ਦੋ ਗੱਲਾਂ ਕਹਿ ਕੇ ਹਰ ਇੱਕ ਚੀਜ਼ ਦਾ ਖੰਡਨ ਕਰ ਦੇਣਾ ਕਿ ਇਹ ਬ੍ਰਾਹਮਣਵਾਦ ਆ। ਹਾਂ ਮੈਂ ਇੱਥੇ ਇਹ ਵੀ ਸਵਾਲ ਕਰਨਾ ਜੀ ਤੁਹਾਨੂੰ। ਹਾਂਜੀ ਕਿ ਇਹ ਬ੍ਰਾਹਮਣਵਾਦ ਆ। ਦੇਖੋ ਜਿਸ ਸਰੋਵਰ ਵਾਸਤੇ ਭਾਈ ਮਨਸਾ ਸਿੰਘ ਵਰਗਿਆਂ ਨੇ ਸਿਰ ਲਾਇਆ, ਹਾਂਜੀ ਜਿਸ ਸਰੋਵਰ ਵਾਸਤੇ ਭਾਈ ਭਾਰਾ ਸਿੰਘ ਤੇ ਭਾਈ ਧਾਰਾ ਸਿੰਘ ਜੀ ਨੇ ਸਿਰ ਲਾਇਆ, ਇਤਿਹਾਦਕ ਜੇ ਭਾਈ ਵੀਰ ਸਿੰਘ ਜੀ ਨੂੰ ਧਿਆਨ ਨਾਲ ਪੜ੍ਹੀਏ ਨਾ ਤਾਂ ਭਾਈ ਭਾਰਾ ਸਿੰਘ ਤੇ ਧਾਰਾ ਸਿੰਘ ਦੋ ਭਰਾ ਐਸੇ ਹੋਏ ਆ ਜਿਹੜੇ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਦੀ ਤਰਕੇ ਜਾ ਕਰਕੇ ਅੰਦਰ ਰਾਤ ਦੀਵਾ ਜਗਾਉਂਦੇ ਰਹੇ, ਠੀਕ, ਜਿਹੜੇ ਦੋਵੇਂ ਉੱਥੇ ਸ਼ਹੀਦ ਕੀਤੇ ਗਏ ਦਰਬਾਰ ਸਾਹਿਬ ਦੇ ਅੰਦਰ। ਹਾਂਜੀ ਭਾਈ ਮਨਸਾ ਸਿੰਘ ਜੀ ਵੀ ਏਦਾਂ ਹੀ, ਜਿਹੜੇ ਕਿ ਉਹ ਭਾਵ ਕੇ ਮੁਨਸ਼ਾ ਸਿੰਘ ਜੀ ਇਸੇ ਪ੍ਰਕਾਰ ਸ਼ਹੀਦ ਕੀਤੇ ਗਏ। ਠੀਕ, ਜੇ ਕਿਸੇ ਵੀ ਪ੍ਰਚਾਰ ਕਰਨ ਵਾਲੇ ਨੇ ਇਹ ਗੱਲ ਕਹਿਣੀ ਆ ਕਿ ਨਾਮ ਜਪਣ ਦਾ ਕੀ ਫਾਇਦਾ, ਹਾਂਜੀ ਜੇ ਕਿਸੇ ਪ੍ਰਚਾਰਕ ਨੇ ਕਹਿਣਾ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਕੀ ਮਤਲਬ ਆ, ਜੇ ਕਿਸੇ ਪ੍ਰਚਾਰਕ ਨੇ ਕਹਿਣਾ ਬਾਰ ਬਾਰ ਬਾਣੀ ਪੜ੍ਹਨ ਦਾ ਕੀ ਫਾਇਦਾ, ਤੇ ਦੇਖੋ ਗੁਰਬਾਣੀ ਕੀ ਕਹਿ ਰਹੀ ਆ, ਬਾਰੰਬਾਰ ਬਾਰ ਪ੍ਰਭ ਜਪੀਐ। ਜੇ ਆਪਾਂ ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਕੀ ਫਾਇਦਾ, ਦੇਖੋ ਬਹੁਤਾਤ ਗਿਣਤੀ ਲੋਕ ਵਾਹਿਗੁਰੂ ਮੰਤਰ ਨੂੰ ਕੁੱਤਾ ਭੌਂਕਣੀ ਦੀ ਭਾਵ ਕੇ ਤਸ਼ਬੀਹ ਦੇਣ ਲੱਗ ਪਏ ਆ। ਹਾਂਜੀ ਹਾਂਜੀ
ਇੱਥੇ ਸਾਡੇ ਇੱਕ ਪ੍ਰਚਾਰਕ ਆਇਆ ਹੋਇਆ, ਉਹ ਇਹ ਗੱਲ ਕਹਿੰਦਾ ਤੇ ਜਿਹੜੇ ਵਾਹਿਗੁਰੂ ਕਰਨ ਵਾਲੇ ਲੋਕ ਆ, ਵਾਹਿਗੁਰੂ ਕਹਿਣ ਵਾਲੇ ਲੋਕ ਆ, ਉਹ ਵੀ ਜੇ ਉਹਨਾਂ ਦਾ ਸਾਥ ਦੇਣ ਤੇ ਕਿੱਥੇ ਗੱਲ ਜਾਂਦੀ ਆ। ਠੀਕ ਹੈ ਗਿਆਨੀ ਜੀ, ਆਪਾਂ ਜਿੱਦਾਂ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਆ, ਪ੍ਰਚਾਰਕ ਕਿਹੋ ਜਿਹਾ ਹੋਣਾ ਚਾਹੀਦਾ, ਆਪਾਂ ਐਨ ਖੁੱਲੇ ਰੂਪ ਦੇ ਵਿੱਚ ਵੀ ਉਹਨਾਂ ਪ੍ਰਚਾਰਕਾਂ ਦਾ ਨਾਂ ਲੈ ਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਆਪਾਂ ਸਟੇਜ ਤੇ ਨਾਲ ਲਿਆਂਗੇ। ਉਹਨਾਂ ਨੂੰ ਆਪਣਾ ਖੁੱਲਾ ਸੱਦਾ ਆ, ਉਹਨਾਂ ਨੂੰ ਖੁੱਲਾ ਸੱਦਾ ਇੱਥੇ ਭਾਵ ਕੇ ਨਾ ਸਾਡੇ ਜਿਸ ਵੇਲੇ ਇੱਥੇ ਆਇਆ ਆਹ ਪੰਥਪ੍ਰੀਤ ਸਿੰਘ ਆਇਆ ਨਾ, ਤੇ ਅਸੀਂ ਉਹਨੂੰ ਗਏ ਸੀ ਅਸਲ ਵਿੱਚ ਪੁੱਛਣ ਵਾਸਤੇ ਉਹਨਾਂ ਡਿਬੇਟ ਕਰਨ ਲਈ। ਠੀਕ ਆ, ਉਹਨੇ ਡਿਬੇਟ ਕਰਨ ਤੋਂ ਜਵਾਬ ਦੇ ਦਿੱਤਾ ਸੀ ਪਹਿਲਾਂ, ਠੀਕ ਹੈ, ਫਿਰ ਉਹਨੂੰ ਪਤਾ ਲੱਗਾ ਵੀ ਡਿਬੇਟ ਕਰਨੀ ਪੈਣੀ ਆ, ਫਿਰ ਡਿਬੇਟ 'ਚ ਬੈਠ ਗਿਆ। ਮੈਂ ਇੱਕ ਸਟੇਜ ਤੋਂ ਬੋਲ ਕੇ ਸਵਾਲ ਕੀਤਾ ਸੀ ਵੀ ਤੁਸੀਂ ਇੱਕ ਪੰਕਤੀ ਪੜ੍ਹ ਕੇ ਕਹਿੰਦੇ ਆ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਤੇ ਰਹਾਓ ਵਾਲੀ ਤੁਕ ਪੜ੍ਹ ਕੇ ਕਹਿੰਦੇ ਆ ਜੀ ਕਿ ਇਹ ਸਰੋਵਰ ਵਿੱਚ ਇਸ਼ਨਾਨ ਕਰਨਾ ਗੁਰ ਕਾ ਸ਼ਬਦ ਵਿਚਾਰੇ, ਕਿ ਗੁਰੂ ਦੀ ਸ਼ਬਦ ਦੀ ਵਿਚਾਰ ਕਰੇ ਜਿਹੜਾ ਉਹ ਸਰੋਵਰ 'ਚ ਇਸ਼ਨਾਨ ਆ। ਠੀਕ ਹੈ, ਤੇ ਫਿਰ ਉਹ ਸਰੋਵਰ ਦੀ ਕੀ ਲੋੜ ਸੀ, ਤੇ ਮੈਂ ਉਹਨਾਂ ਨੂੰ ਕਿਹਾ ਸੀ, ਉਹ ਕਹਿੰਦੇ ਜੀ ਇਹ ਰਹਾਓ ਵਾਲੀ ਤੁਕ ਅਸਲ 'ਚ ਸਪਸ਼ਟ ਕਰਦੀ ਆ ਕਿ ਜਿਹੜਾ ਸਰੋਵਰ ਗੁਰੂ ਰਾਮਦਾਸ ਸਾਹਿਬ ਜੀ ਸਰੋਵਰ ਨੂੰ ਸਰੋਵਰ ਨਹੀਂ ਕਿਹਾ ਗਿਆ। ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਤੁਹਾਨੂੰ ਗੁਰਬਾਣੀ ਵਿੱਚੋਂ ਕੁਝ ਪ੍ਰਮਾਣ ਭਾਵ ਕੇ ਦੱਸਦਾ ਆ, ਗੁਰਬਾਣੀ ਵਿੱਚੋਂ ਕੁਝ ਪੰਕਤੀਆਂ ਪੜ੍ਹਦਾ ਹੋਰ, ਤੇ ਉਹ ਮੈਂ ਪੜ੍ਹ ਕੇ ਸੁਣਾਈਆਂ ਸੀ ਉਸ ਵੇਲੇ ਵੀ ਕਿ ਆਪਾਂ ਇੱਕ ਬਚਨ ਪੜ੍ਹਦੇ ਗੁਰਬਾਣੀ ਵਿੱਚੋਂ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਕਿਸੇ ਵਿਆਕਰਨ ਚੋਂ ਜਲ ਦੇ ਅਰਥ ਨਾਮ ਦੱਸੋ। ਹਾਂਜੀ, ਤੁਸੀਂ ਕਹਿੰਦੇ ਨਾਮ 'ਚ ਇਸ਼ਨਾਨ ਕਰਨਾ, ਸਰੋਵਰ 'ਚ ਇਸ਼ਨਾਨ ਕਰਨਾ ਆ, ਜਲ ਦੇ ਅਰਥ ਕਿੱਥੇ ਭਾਵ ਕੇ ਲਿਖੇ ਹੋਏ ਵਿਆਕਰਨ ਵਿੱਚ, ਕਿਹਨੇ ਲਿਖਿਆ ਕਿ ਜਲ ਦੇ ਅਰਥ ਨਾਮ ਹੁੰਦੇ ਆ। ਠੀਕ ਆ, ਹਾਂਜੀ, ਤੇ ਬਹੁਤ ਵਧੀਆ ਗਿਆਨੀ ਜੀ, ਆਪਾਂ ਤੁਹਾਡਾ ਕਾਫੀ ਟਾਈਮ ਲੈ ਲਿਆ ਤੇ ਮੈਂ ਕੋਈ ਸਵਾਲ ਨਾ ਪੁੱਛਿਆ ਵੀ ਤੁਸੀਂ ਪ੍ਰਚਾਰਕ ਦੇ ਸੰਬੰਧ ਦੇ ਵਿੱਚ ਅੰਤ ਦੇ ਵਿੱਚ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹੋਵੇ ਉਹ ਜਰੂਰ। ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਪ੍ਰਚਾਰ ਕਰਨ ਵਾਲੇ ਲੋਕ ਜਿਹੜੇ ਆ, ਉਹ ਪ੍ਰਚਾਰ ਕਰਨ ਦਾ ਮਕਸਦ ਇਹ ਆ ਕਿ ਗੁਰੂ ਕਾ ਸਿੱਖ ਇਸ ਤਰ੍ਹਾਂ ਦਾ ਸਿੱਖ ਬਣ ਜਾਏ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਠੀਕ, ਗੁਰੂ ਕਾ ਸਿੱਖ ਪ੍ਰਚਾਰ ਕਰਨ ਵਾਲਾ ਆਪਣੇ ਅਨੁਸਾਰ ਨਹੀਂ ਚੱਲ ਸਕਦਾ, ਉਹ ਕੇਵਲ ਤੇ ਕੇਵਲ ਜੋ ਗੁਰੂ ਸਾਹਿਬ ਨੇ ਕਿਹਾ ਕਿ ਮੁਰਦਾ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ। ਠੀਕ ਹੈ, ਹਾਂਜੀ, ਪ੍ਰਚਾਰ ਕਰਨ ਵਾਲੇ ਗੱਲ ਸੋਚ ਲੈਣ ਕਿ ਇਹ ਭਾਵ ਕਿ ਧਰਮੀਆਂ ਦਾ ਪੰਥ ਆ, ਸਿਰਲੱਥ ਯੋਧਿਆਂ ਸੂਰਮਿਆਂ ਦਾ ਪੰਥ ਆ, ਇਹਦੇ ਵਿੱਚ ਸੂਰਮੇ ਤੇ ਯੋਧੇ ਪੈਦਾ ਹੋਣੇ ਆ, ਸਿਰਲੱਥ ਪੈਦਾ ਹੋਣੇ ਆ, ਇਹਦੇ ਵਿੱਚ ਭਾਵ ਕਿ ਸਿੱਖੀ ਕਮਾਉਣ ਵਾਲੇ ਪੈਦਾ ਹੋਣੇ ਆ। ਠੀਕ ਆ, ਹਾਂਜੀ, ਸੰਗਤਾਂ ਜਿਹੜੀਆਂ ਉਹ ਕਿੱਦਾਂ ਸੁਚੇਤ ਰਹਿਣ ਇਹਨਾਂ ਚੀਜ਼ਾਂ ਨੂੰ, ਕਿੱਦਾਂ ਮਤਲਬ ਸੁਚੇਤ ਹੋਣ? ਸੰਗਤਾਂ ਸੁਚੇਤ ਇਸ ਕਰਕੇ ਹੋਣ ਕਿ ਉਹ ਆਪਣੇ ਇਤਿਹਾਸ ਨੂੰ ਵਾਚਣ। ਵੇਖੋ, ਮੈਂ ਇੱਕ ਗੱਲ ਬਹੁਤ ਵਾਰ ਕਹਿੰਦਾ ਹੁੰਦਾ ਸਟੇਜਾਂ ਤੋਂ ਵੀ ਕਹਿੰਦਾ ਰਹਿੰਦਾ ਜੀ ਕਿ ਸਾਡਾ ਇਤਿਹਾਸ ਕੋਈ ਨਹੀਂ ਵਿਗਾੜ ਸਕਦਾ, ਸਾਡਾ ਇਤਿਹਾਸ ਕੋਈ ਰਲਾ ਨਹੀਂ ਪਾ ਸਕਦਾ। ਠੀਕ, ਕਿਉਂਕਿ ਸਾਡਾ ਇਤਿਹਾਸ ਜਿਹੜਾ ਨਾ, ਜੇ ਭਾਵ ਕੇ ਕਿਤਾਬਾਂ ਵਿੱਚ ਗ੍ਰੰਥਾਂ ਵਿੱਚ ਸਾਂਭਿਆ ਗਿਆ, ਤੇ ਸਾਡਾ ਇਤਿਹਾਸ ਜ਼ਮੀਨੀ ਵੀ ਸਾਂਭਿਆ ਗਿਆ। ਜ਼ਮੀਨੀ ਕਿਵੇਂ ਸਾਂਭਿਆ ਗਿਆ ਜੀ? ਜ਼ਮੀਨੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਤੇ ਹਜ਼ੂਰ ਸਾਹਿਬ ਤੱਕ ਆ ਜਾਓ। ਹਾਂਜੀ, ਜਿੱਥੇ ਜਿੱਥੇ ਮਹਾਰਾਜ ਜੀ ਨੇ ਜੋ ਜੋ ਕੌਤਕ ਕੀਤਾ ਉਹ ਸਾਰਾ ਕੁਝ ਆਪਣੇ ਕੋਲ ਮੌਜੂਦ ਆ ਜ਼ਮੀਨੀ ਤੌਰ ਤੇ। ਠੀਕ ਆ, ਤੇ ਆਪਣੇ ਰਲਾ ਕਿੱਥੇ ਪੈ ਗਿਆ? ਇਹ ਤੇ ਲੋਕ ਕਹਿੰਦੇ ਰਲਾ ਪੈ ਗਿਆ, ਰਲਾ ਅਸਲ ਵਿੱਚ ਇਤਿਹਾਸ ਵਿੱਚ ਨਹੀਂ ਪਿਆ, ਰਲਾ ਲੋਕਾਂ ਦੀ ਬੁੱਧੀ ਵਿੱਚ ਪੈ ਗਿਆ। ਠੀਕ ਹੈ, ਹਾਂ, ਰਲਾ ਕਿਤੇ ਨਹੀਂ ਪਿਆ। ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੇਖੋ ਕਿ
ਨਨਕਾਣਾ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋ ਕੇ ਹਜ਼ੂਰ ਸਾਹਿਬ ਭਾਵ ਕੇ ਸੰਪੂਰਨਤਾ ਹੋ ਗਈ ਤੇ ਰਲਾ ਕਿੱਥੇ ਪਿਆ? ਹਾਂਜੀ ਠੀਕ ਹੈ। ਹਾਂਜੀ ਗਿਆਨੀ ਜੀ, ਆਵਾਜ਼ ਕੌਮ ਟੀਵੀ ਅਸੀਂ ਇਸ ਕਰਕੇ ਸ਼ੁਰੂ ਕੀਤਾ ਬਈ ਜਿਹੜੀ ਲੋਕਾਂ ਦੀ ਆਵਾਜ਼, ਸਾਡੀ ਆਪਣੀ ਆਵਾਜ਼, ਕੌਮ ਦੀ ਆਵਾਜ਼ ਜੀ ਅਸੀਂ ਲੋਕਾਂ ਦੇ ਸਾਹਮਣੇ ਲਿਆਈਏ। ਆਵਾਜ਼ ਕੌਮ ਦੇ ਸੰਬੰਧ ਦੇ ਵਿੱਚ ਕੁਝ ਦੋ ਲਫ਼ਜ਼ ਕਹਿਣਾ ਚਾਹੋਗੇ? ਬਹੁਤ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਭਾਈ ਰਘਵੀਰ ਸਿੰਘ ਜੀ। ਦੇਖੋ ਮੀਡੀਆ ਤੇ ਆਪਾਂ ਨੂੰ ਘਰ ਘਰ ਹੀ ਚਾਹੀਦਾ, ਹਾਂਜੀ, ਪਰ ਬਹੁਤਾਤ ਮੀਡੀਆ ਜਿਹੜਾ ਸਾਡਾ ਵਿਕਾਊ ਮੀਡੀਆ ਆ, ਬਹੁਤਾਤ ਮੀਡੀਆ ਮਰਜ਼ਾਦਾ ਤੋਂ ਕੰਨੀ ਕਤਰਾਉਂਦਾ, ਬਹੁਤਾਤ ਮੀਡੀਆ ਜਿਹੜਾ ਆ ਉਹ ਅਸਲ ਵਿੱਚ ਜੋ ਸਾਡੀ ਮਾਣ ਤੇ ਮਰਜ਼ਾਦਾ ਉਸਨੂੰ ਛੱਡ ਕੇ ਜੀਣਾ ਚਾਹੁੰਦਾ, ਛੱਡ ਕੇ ਗੱਲ ਕਰਨੀ ਚਾਹੁੰਦਾ। ਤੇ ਜਿਹੜਾ ਆਵਾਜ਼ੇ ਕੌਮ ਟੀਵੀ ਜਿਹੜਾ ਬਿਲਕੁਲ ਗੁਰੂ ਸਿਧਾਂਤ ਦੇ ਅਨੁਸਾਰ ਚੱਲਣਾ ਚਾਹੀਦਾ, ਆਪਾਂ ਨੂੰ ਚੱਲ ਰਹੇ, ਗੁਰੂ ਸਾਹਿਬ ਨੇ ਕਿਰਪਾ ਕੀਤੀ ਤੁਹਾਡੇ ਤੇ, ਤੁਸੀਂ ਬਹੁਤ ਧੰਨਤਾ ਦੇ ਯੋਗ ਹੋ ਸਾਰੇ ਗੁਰੂ ਕੇ ਸਿੱਖ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਸਿਰਫ ਆਖਿਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਹੀ, 2 ਤਰੀਕ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਦਾ ਜਨਮ ਦਿਨ ਆਵਾਜ਼ ਕੌਮ ਟੀਵੀ ਵੱਲੋਂ ਰੋਡੇ ਪਿੰਡ ਤੋਂ ਲਾਈਵ ਕੀਤਾ ਜਾਏਗਾ, ਜਿਹੜਾ 31 ਤਰੀਕ 31 ਮਈ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ ਜੀ, ਤੇ 2 ਜੂਨ ਨੂੰ ਉਹਦੇ ਭੋਗ ਪੈਣੇ ਆ। ਉਹਦੇ ਲਈ ਸੰਗਤਾਂ ਨੂੰ ਕੋਈ ਬੇਨਤੀ ਕਰਨੀ ਚਾਹੋਗੇ? ਇਹੀ ਬੇਨਤੀ ਆ ਜੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਨ ਭਾਵ ਕੇ ਯੋਧੇ ਆ ਸਾਡੇ, ਜਿਹਨਾਂ ਵਰਗਾ 20ਵੀਂ ਸਦੀ ਵਿੱਚ ਕੋਈ ਨਹੀਂ ਹੋਇਆ। ਉਹਨਾਂ ਨੇ ਮਹਾਨ ਕਰਨੀ ਕਮਾਈ ਕਰਕੇ ਇਸ ਭਾਵ ਕੇ ਟਕਸਾਲ ਨੂੰ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਭਾਵ ਕੇ ਯੋਗਦਾਨ ਪਾਇਆ, ਕਿਰਪਾ ਕੀਤੀ ਸਾਡੇ ਤੇ। ਉਹਨਾਂ ਵਰਗਾ ਜੀਵਨ ਜਾਚ, ਉਹਨਾਂ ਵਰਗੀ ਕਮਾਈ ਕਰਨੀ ਸਾਡੇ ਵਿੱਚ ਵੀ ਆ ਸਕੇ, ਅਸੀਂ ਉਹਨਾਂ ਦਾ ਭਾਵ ਕੇ ਜਨਮ ਦਿਨ ਬਹੁਤ ਵੱਡੇ ਪੱਧਰ ਤੇ ਮਨਾ ਸਕੀਏ, ਸੰਗਤਾਂ ਉੱਥੇ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਨ ਜੀ। ਤੇ ਅਸੀਂ 48 ਘੰਟੇ ਲਾਈਵ ਹੀ ਕਰ ਰਹੇ ਹਾਂ, ਸੰਗਤਾਂ ਮਤਲਬ ਲਾਈਵ ਦੇਖਣਗੇ ਸਾਰਾ ਪ੍ਰੋਗਰਾਮ। ਠੀਕ ਜੀ, ਬਹੁਤ ਚੰਗੀ ਗੱਲ ਆ। ਸ੍ਰੀ ਅਖੰਡ ਪਾਠ ਸਾਹਿਬ ਤੇ ਹੋਰ ਜਿਹੜੇ ਪ੍ਰੋਗਰਾਮ ਉੱਥੇ ਹੋਣੇ ਆ ਰੋਡੇ ਪਿੰਡ ਵਿਖੇ, ਉਹ ਸਾਰੇ ਵੇਖ ਕਰਕੇ ਲਾਹਾ ਪ੍ਰਾਪਤ ਕਰਨਗੇ। ਬਹੁਤਾਤ ਲੋਕਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਭਾਵ ਕੇ ਗਾਤਰੇ ਪਾਇਆ ਹੋਇਆ, ਪਿਸਟਲ ਹੱਥ ਵਿੱਚ ਫੜਿਆ ਹੋਇਆ ਤੀਰ, ਜਾਂ ਉਹਨਾਂ ਦੀ ਤੋਪ ਕੋਲ ਖੜੇ ਹੋਇਆਂ ਦੀ ਫੋਟੋ ਦੇਖ ਕਰਕੇ ਲੋਕ ਕਹਿੰਦੇ ਆ ਵੀ ਉਹ ਤੇ ਯੋਧੇ ਸੀ, ਭਾਵ ਕੇ ਜੰਗੀ ਯੋਧੇ ਸੀ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਜੇ ਆਪਾਂ ਵੇਖਣਾ ਚੰਗੀ ਤਰ੍ਹਾਂ ਧਿਆਨ ਨਾਲ, ਤਾਂ ਮੈਂ ਬਹੁਤ ਵਾਰ ਕਹਿੰਦਾ ਹੁੰਦਾ ਕਿ ਉਹਨਾਂ ਨੂੰ 5 ਸਾਲ ਦੀ ਉਮਰ ਤੋਂ ਵੇਖਣਾ ਪੈਣਾ। ਠੀਕ ਹੈ, 5 ਸਾਲ ਦੀ ਉਮਰ ਤੋਂ ਉਹਨਾਂ ਨੇ ਕੀ ਸ਼ੁਰੂ ਕੀਤਾ ਲੋਕਾਂ ਨੂੰ, ਕਿਉਂਕਿ ਅੱਜ ਪੀੜ ਹੁੰਦੀ ਆ, ਲੋਕਾਂ ਦਾ ਢਿੱਡ ਦੁਖਦਾ ਜਦੋਂ ਆਪਾਂ ਕਹਿੰਦੇ ਹਾਂ ਕਿ 5 ਪਾਠ ਉਹ 5 ਸਾਲ ਦੀ ਉਮਰ ਚ ਜਪਜੀ ਸਾਹਿਬ ਦੇ ਕਰਨ ਲੱਗ ਪਏ ਸੀ। ਠੀਕ ਹੈ ਗਿਆਨੀ ਜੀ, ਇਸ ਪਿੱਛੇ ਤੇ ਆਪਾਂ ਤੁਹਾਡੀ ਵੱਖਰੀ ਇੰਟਰਵਿਊ ਕਰਾਂਗੇ ਸੰਤਾਂ ਦੇ ਜੀਵਨ ਬਾਰੇ, ਤੇ ਅੱਜ ਜਿਹੜਾ ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ, ਤੇ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।